ਆ ਫੋਟੋ ਹੁੰਦੀ 10 ਰੁਪਏ ਦੀ ਤੇ ਸੂਟ ਦਾ ਰੇਟ ਕਰ ਦਿੰਦੇ ਆ 3000 ਤੇ ਤੁਸੀਂ ਫਸ ਜਾਂਦੇ ਹੋ ਬਾਈ ਜੀ ਆਪਣਾ ਫੋਟੋ ਦਾ ਕੀ ਰੇਟ ਹੈ ਇਹਦਾ 550 ਰੁਪਏ ਭਾਜੀ ਆ ਲਓ ਆ 3000 ਰੁਪਏ ਨਹੀਂ ਲਾਉਣਾ ਪੈਣਾ ਭਾਈ 550 ਜਿੰਨੇ ਮਰਜ਼ੀ ਲੈ ਜਾਓ ਇਹ ਹੈਗਾ ਸੂਟ ਨੋਟ ਫੋਰ ਸੇਲ ਉਹਨਾਂ ਲਈ ਹੈ ਭੈਣ ਲਈ ਜਿਹੜਾ ਸਾਡਾ ਸਾਡੀ ਵੀਡੀਓ ਸਭ ਤੋਂ ਸ਼ੇਅਰ ਕਰੂਗੀ ਲਾਈਕ ਕਰੂਗੀ ਤੇ ਸੋਹਣੇ ਸੋਹਣੇ ਕਮੈਂਟ ਕਰੂਗੀ 8500 ਰੁਪਏ ਦਾ ਸੂਟ ਹੈ 8500 ਦਾ ਸੂਟ ਸਿਰਫ ਗਿਫਟ ਹੈ ਜਿਹੜਾ ਸਭ ਤੋਂ ਵੱਧ ਵੀਡੀਓ ਸ਼ੇਅਰ ਕਰੂਗਾ ਲਾਈਕ ਕਰੂਗਾ ਤੇ ਵਧੀਆ ਕਮੈਂਟ ਕਰੂਗਾ 8500 ਵਾਲਾ ਸੂਟ ਤੁਹਾਡੇ ਘਰ ਤਿੱਤਰਾਂਗੋਂ ਉੜਦੇ ਉੜਦੇ ਪਹੁੰਚ ਜਾਣਗੇ ਕੋਰੀਅਰ ਇਹਨਾਂ ਨੇ ਕਰਕੇ ਦੇਣਾ ਨਾ ਠੱਗੀ ਨਾ ਠੋਰੀ ਨਾ ਸਾਨੂੰ ਕਮਾਈ ਦੀ ਬੋਤੀ ਲੋੜ ਆ ਸਾਨੂੰ ਗਾਹਕਾਂ ਦਾ ਪਿਆਰ ਮਿਲੀ ਨਾ ਸਾਡੀ ਸਭ ਤੋਂ ਵੱਡੀ ਦੌਲਤ ਹੀ ਹੋਈ ਹੈ ਸਕਾਰਪੀਓ ਥਾਰ ਫੋਰਚੂਨਰਾਂ ਆਪਣੀਆਂ ਆਲਟੋ ਗੱਡੀਆਂ ਭਰ ਭਰ ਕੇ ਇੱਥੇ ਆ ਜਾਓ ਤੁਸੀਂ ਹੈ ਨਾ ਇੱਥੇ ਪਾਰਕਿੰਗ ਬੜੀ ਵੱਡੀ ਆ ਬਾਹਰ ਉੱਥੇ ਗੱਡੀ ਖੜੀ ਕਰਕੇ 1.5 ਮਿੰਟ ਤੌਰ ਕੇ ਉਹਨੂੰ ਲੱਗਣਾ ਤਾਂ ਇੱਥੋਂ ਆਪਣੇ ਸੂਟ ਲੈ ਜਾਓ ਲੱਖਾਂ ਰੁਪਈਏ ਤੁਹਾਡੇ ਸੇਵ ਹੋ ਜਾਣੇ ਸਪੈਸ਼ਲ ਰੇਟ 390 ਰੁਪਏ ਦੀ ਰੇਂਜ 5 ਮੀਟਰ ਸੂਟ ਨਾਲ ਕਢਾਈ ਤੇ ਪਿਓਰ ਦਾ ਦੁਪੱਟਾ ਨੰਬਰ ਡਿਜ਼ਾਈਨ 2 ਪ੍ਰਾਈਸ 390 ਰੁਪਏ 1 ਮਹੀਨਾ ਪੂਰੀ ਸੇਲ ਚੱਲੂਗੀ ਆ ਰੇਟ ਦੀ 1 ਮਹੀਨਾ ਪੂਰੀ 31 ਦਸੰਬਰ ਤੱਕ ਨਿਊ ਈਅਰ ਡੇ ਤੱਕ ਹੁਣ ਆਉਣ ਵਾਲੀ ਲੋਹੜੀ ਆਉਣ ਵਾਲਾ ਨਵਾਂ ਸਾਲ ਆਉਣ ਵਾਲਾ ਕ੍ਰਿਸਮਿਸ ਹਰ ਕਿਸੇ ਨੇ ਸ਼ੋਪਿੰਗ ਕਰਨੀ ਆ ਜਦੋਂ ਦਿਨ ਸ਼ੁਰੂ ਹੋ ਜਾਂਦੇ ਨੇ ਇੱਦਾਂ ਦੇ ਤਾਂ ਰੇਟ ਹੋ ਜਾਂਦੇ ਅੱਪ ਲੋਕ ਕਹਿੰਦੇ ਭਾਅ ਜੀ ਹੁਣ ਤੁਸੀਂ ਪਹਿਲਾਂ 390 ਤਾਂ ਇਹ ਹੁਣ ਅਸੀਂ ਕੀ ਕਰੀਏ ਦੱਸੋ ਅਸੀਂ ਅੱਜ ਵੀ ਇਹੀ ਗੱਲ ਕਵਾਂਗੇ ਦਿਨ ਤਿਉਹਾਰਾਂ ਦੇ ਵਿੱਚ ਜਿੰਨੇ ਸ਼ੋਪਿੰਗ ਕਰਨੀ ਆ ਅਰਮਾਨ ਵੈਡਿੰਗ ਮਾਲ ਦੇ ਜ਼ਰੂਰ ਵਿਜ਼ਿਟ ਕਰੋ ਆਹ ਦੇਖੋ ਕਲਰ ਭਾਅ ਜੀ ਮਿੱਠੇ ਮਿੱਠੇ ਰੰਗ ਦਿਲ ਕਰਦਾ ਕਿ ਹੁਣੇ ਮੈਂ ਵੀਡੀਓ ਦੇ ਵਿੱਚੋਂ ਕੱਢ ਕੇ ਸੂਟ ਨੂੰ ਨਾ ਮੰਗਾ ਲਵਾਂ ਟੀਵੀ 'ਚੋਂ ਕੱਢ ਕੇ ਇੱਦਾਂ ਦੇ ਰੰਗ ਆ ਅਤੇ ਗਾਹ ਦੇਖਦਾ ਕਹੂਗਾ ਵਾਕਈ ਸਿਰਫ 650 ਰੁਪਏ ਦਾ ਹੁਣ ਜਿਵੇਂ ਠੰਡ ਆ ਗਈ ਵੈਲਵਟ ਦਾ ਸੂਟ ਗਿਫਟ ਕਰਨਾ ਪਿਓਰ ਡਾਇਮੰਡ ਦੇ ਸੋਨੇ ਦੇ ਕੰਮ ਦੀ ਪੋਲਿਸ਼ਿੰਗ ਦਾ ਸੂਟ ਆਹ ਆਊਗੀ ਸ਼ਰਟ ਅਤੇ ਨਾਲ ਆਊਗਾ ਆਹ ਵਾਲਾ ਦੁਪੱਟਾ ਇਹ ਉਹਨਾਂ ਲਈ ਆ ਜਿਨ੍ਹਾਂ ਨੇ ਸਭ ਤੋਂ ਵਧੀਆ ਕਮੈਂਟ ਅਤੇ ਸ਼ੇਅਰ ਕਰਨਾ ਜਿੱਦਾਂ ਜਿੱਦਾਂ ਵੀਡੀਓ ਚੱਲਦੀ ਗੂਟਾ ਦਗੜ 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 ਦੱਬੀ ਚੱਲੋ ਸ਼ੇਅਰ ਤੇ ਤੇ ਕਮੈਂਟਾਂ ਦੇ ਇਦਾਂ ਇਦਾਂ ਕਰਕੇ ਲਿਖੀ ਜਾਓ ਜਿਹਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਇੱਕ ਲੱਕੀ ਇਹਨਾਂ ਦਾ ਕਸਟਮਰ ਨਿਕਲਣਾ ਉਹਨਾਂ ਨੂੰ ਇਹ ਮਿਲ ਜਾਣਾ ਸਕਰੀਨਸ਼ਾਟ ਲੈ ਲਓ ਅਤੇ ਸਕਰੀਨ 'ਤੇ ਜਿਹੜੇ ਨੰਬਰ ਆ ਇੱਥੇ ਭੇਜ ਦਿਓ ਮਿਡਲ ਕਲਾਸ ਆ ਬੱਲੇ ਬੱਲੇ ਆ ਤੁਹਾਡੀ ਥੋੜ੍ਹੇ ਜਿਹਾ ਰੋਇਲ ਫੈਮਲੀਆਂ 'ਚੋਂ ਹੈਗੇ ਆ ਤਾਂ ਵੀ ਬੱਲੇ ਬੱਲੇ ਤੁਹਾਡੀ ਕਿਉਂਕਿ ਤੁਸੀਂ 15000 ਖਰਚ ਆਉਣਾ ਤੁਹਾਡਾ 5-6000 'ਚ ਸਰ ਜਾਣਾ ਹੈਗਾ ਇੱਕ ਸੂਟ ਵਿੱਚ ਹੀ ਤੁਹਾਡੇ ਅੱਧੇ ਪੈਸੇ ਬਚ ਜਾਂਦੇ ਆ ਸੋ ਇੱਦਾਂ ਦੇ ਫਾਇਦੇ ਅਰਮਾਨ ਵੈਡਿੰਗ ਮਾਲ ਕਰ ਰਿਹਾ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਨਾ ਉਹ ਇੱਦਾਂ ਦੀ ਵਰਾਇਟੀ ਜ਼ਰੂਰ ਭਰਨ ਖੁੱਲ੍ਹ ਕੇ ਵਰਾਇਟੀ ਭਰਨ 550 ਰੁਪਏ ਰੇਂਜ ਆ ਦੇਖੋ ਕਲਰ ਭਾਅ ਜੀ ਆ ਲਓ ਕਲਰ ਵੀ ਹੈ ਚੌਂਦੇ ਕਲਰ ਆ ਭਾਅ ਜੀ ਚਮਚਮਾਂਦੇ ਕਲਰ ਆ ਲਹਿੰਗਿਆਂ ਦੀ ਕਢਾਈਆਂ ਫੇਲ ਆ ਸੂਟਾਂ ਮੋਰੇ ਭਾਅ ਜੀ ਲਹਿੰਗਾ 50000 ਦਾ 20000 ਦਾ 30000 ਦਾ ਆਉਣਾ ਉਹਨੇ ਨਹੀਂ ਇੰਨੀ ਚਮਕ ਕੱਢਣੀ ਜਿੰਨੇ ਸੂਟ ਨੇ ਭਾਅ ਜੀ ਰੋਹ ਪਾ ਲੈਣਾ ਇਹ ਸਿੰਗਲ ਕਲਰ ਰੈੱਡ ਦੇ ਵਿੱਚ ਹੀ ਆਉਣਾ ਭਾਅ ਜੀ ਇਹ ਸਪੈਸ਼ਲ ਸੂਟ ਆ ਬ੍ਰਾਈਡਲ ਲਈ ਜਿਵੇਂ ਬਾਹਰਲੇ ਸ਼ਹਿਰਾਂ 'ਚ ਹੁੰਦਾ ਨਾ ਇੱਕ ਦਿਨ ਬੋਕਸਿੰਗ ਡੇ ਇੱਥੇ 1 ਮਹੀਨਾ ਅਰਮਾਨ ਵੈਡਿੰਗ ਮਾਲ ਦੇ ਬੋਕਸਿੰਗ ਡੇ ਚੱਲਣੇ ਇਹ ਦਿਨ 34 ਸਾਲ ਹੋ ਗਏ ਕੈਨੇਡਾ ਜਾਣ ਨਾ ਪੁੱਤ ਇਹਦੀ ਵੈਰਾਈਟੀ ਦੇਖੀ ਹੈ ਨਾ ਜੀ ਸਨੀ ਜੀ ਜੀ ਪਰ ਮਨੋ ਲਾ ਕੇ ਮੈਂ ਦੱਸ ਦਿੰਦੀ ਆ ਵੀ ਇੰਨੀ ਵੈਰਾਈਟੀ ਤੁਹਾਨੂੰ ਕਿਤੇ ਮਿਲਣੀ ਨਹੀਂ ਹੈ ਇੰਨੀ ਵਧੀਆ ਤੇ ਇੰਨਾ ਵਧੀਆ ਤੁਸੀਂ ਕੁਛ ਨਾ ਕਰੋ ਨਾ ਸਰਕਾਰਾਂ ਸਖਤ ਹੋਈ ਜਾਂਦੀਆਂ ਕਹਿੰਦੇ ਕਰੋਨਾ ਵੱਧ ਗਿਆ ਜਹਾਜ਼ ਆਉਣੇ ਨਹੀਂ ਹੈਗੇ ਟਿਕਟਾਂ ਤੇ ਵੀ 1.5 ਲੱਖ ਰੁਪਏ ਬਚ ਜਾਣਾ ਤੁਹਾਡਾ ਘਰ ਬੈਠੋ ਆ ਲਾਓ ਫੋਨ ਦੇ ਉੱਤੇ ਚਾਹੇ ਟੀਵੀ ਤੇ ਲਾ ਲਓ ਇਹਨੂੰ ਸਕਰੀਨ ਮਿਰਰਿੰਗ ਕਰਕੇ ਸਾਰਾ ਪਰਿਵਾਰ ਬੈਠੋ ਇਕੱਲੇ ਇਕੱਲੇ ਸੂਟ ਦੇ ਰੇਟ ਦੇ ਲਓ ਤੇ ਨਾਲ ਨਾਲ ਆਰਡਰ ਕਰੋ ਤੁਹਾਡੇ ਘਰ ਪਹੁੰਚ ਜਾਣੇ ਆ ਇੱਕ ਤਾਂ ਟਿਕਟਾਂ ਦੇ ਪੈਸੇ ਬਚ ਗਏ ਦੂਜਾ ਤੁਹਾਡਾ ਟਾਈਮ ਬਚ ਗਿਆ ਤੁਹਾਡੇ ਪੈਸੇ ਬਚ ਗਏ ਤੁਹਾਨੂੰ ਵਰਾਇਟੀ ਵਧੀਆ ਮਿਲ ਗਈ ਚਮ ਚਮ ਕਰਦਾ ਦੁਪੱਟਾ ਕਲਰ ਵੀ ਦੇਖੋ ਭਾਅ ਜੀ ਕਿੰਨਾ ਪਿਆਰਾ ਕਲਰ ਰੱਬ ਦਾ ਰੰਗ ਆ ਤੇ ਤੁਸੀਂ ਰੇਟ ਕਹਿਣਾ ਭਾਅ ਜੀ ਫਿਰ ਉਹੀ ਫਿਰ ਸੋਚ ਲਓ ਫਿਰ ਦੱਸ ਦਿਓ ਕੈਲਕੂਲੇਟ ਕਰ ਲਓ ਰੇਟ ਸਾਡਾ ਸਿਰਫ 1850 ਰੁਪਏ ਦਾ ਇਹ ਕਨਸੈਪਟ ਬਹੁਤ ਹੀ ਲਿਮਿਟਿਡ ਦੇ ਵਿੱਚ ਆਉਂਦੇ ਭਾਅ ਜੀ ਜੇ ਬਣਾਉਣ ਜਾਓ ਨਾ ਦੁਕਾਨਦਾਰ ਕਹਿੰਦਾ ਭਾਅ ਜੀ ਦੀਦੀ ਮੈਂ 3500 ਲੈਣਾ ਕਿਸੇ ਨੇ ਕਹਿਣਾ ਮੈਂ 4000 ਲੈਣਾ ਕਿਸੇ ਨੇ ਕਹਿਣਾ 3800 ਲੈਣਾ ਅਸੀਂ ਲੈਣਾ ਸਿਰਫ 1600 ਤੇ 90 ਰੁਪਏ ਦਾ ਜਿਹੜੀ ਗੱਡੀ ਹੁੰਦੀ ਨਾ 50 ਲੱਖ ਰੁਪਏ ਦੀ ਉਹਦੇ ਭਾਈ ਇਹਦੇ ਫੀਚਰ ਨੇ ਟੋਪ ਟੋਪ ਦੇ ਪਹਿਲਾਂ ਤਾਂ ਇਹਦਾ ਜਿਹੜਾ ਕੰਮ ਹੈ ਸੁੱਚੇ ਮੋਤੀ ਦਾ ਉਸ ਤੋਂ ਬਾਅਦ ਤੇ ਪਰਲ ਗੋਟਾ ਪੱਤੀ ਕੁੰਦਨ ਦੀ ਕਢਾਈ ਆ ਤੇ ਜਿਹੜਾ ਇਹਦਾ ਕੱਪੜਾ ਹੈ ਪਿਓਰ ਆ ਜੀ ਇਹਦਾ ਦੁਪੱਟਾ ਔਰਗੈਂਜ਼ਾ ਦਾ ਜੀ ਇਹਦੇ ਵਿੱਚ ਜਿਹੜੇ ਫੀਚਰ ਸਾਰੇ ਨਾਲ ਐਕਸਟਰਾ ਆਰਡੀਨਰੀ ਆ ਇਹ ਸਪੈਸ਼ਲ ਸੂਟ ਆ ਬਣ ਕੇ ਭਾਜੀ 18000 ਰੁਪਏ ਦੀ ਖਰੀਦ ਹੈ ਇਹਦੀ ਸੈਂਪਲ ਦੀ ਤੇ ਸਾਡਾ ਰੇਟ ਪਤਾ ਕਿੰਨਾ ਸਿਰਫ 3950 ਦਾ
ਇੱਥੇ ਕੋਈ ਸਾਡੇ ਵੱਲੋਂ ਕੋਈ ਐਂਡੈਵਰ 'ਚ ਆ ਜਾਵੇ, ਚਾਹੇ ਸਾਡੇ ਲਈ ਕੋਈ ਰਿਕਸ਼ੇ 'ਤੇ ਆ ਜਾਵੇ, ਚਾਹੇ ਕੋਈ ਫੋਰਚੂਨਰ 'ਤੇ ਆ ਜਾਵੇ, ਸਾਡਾ ਪ੍ਰੋਫਿਟ ਓਨਾ ਹੀ ਹੈ। ਅਸੀਂ ਗਾਹਕ ਦੀ ਗੱਡੀ ਦੇਖ ਕੇ ਅਤੇ ਗਾਹਕ ਦੇਖ ਕੇ ਟਿੱਕਾ ਨਹੀਂ ਲਾਈਦਾ। ਸਾਡੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਹਰਦੀਪ ਸਿੰਘ ਧੱਗੜ। ਅੱਜ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਸ਼ਹਿਰ ਦੇ ਵਿੱਚ। ਪਿਛਲੇ 2 ਮਹੀਨੇ ਪਹਿਲਾਂ ਅਸੀਂ ਜਿਹੜਾ ਕਿ ਜਲੰਧਰ ਦੇ ਬ੍ਰੈਂਡ ਰੋਡ ਦੇ ਇੱਥੇ ਪਹੁੰਚੇ ਸੀਗੇ ਅਤੇ ਉੱਥੇ ਅਰਮਾਨ ਵੈਡਿੰਗ ਮਾਲ 'ਤੇ ਜਾ ਕੇ ਤੁਹਾਨੂੰ ਸੂਟਾਂ ਦੀ ਵਰਾਇਟੀ ਦਿਖਾਈ ਸੀ, ਜਿੱਥੇ ਉਹਨਾਂ ਨੇ ਪ੍ਰਾਈਜ਼ ਅਤੇ ਵਰਾਇਟੀ ਦੱਸੀ ਸੀ ਤਾਂ ਤੁਹਾਡੇ ਬਹੁਤ ਸਾਰੇ ਫਾਇਦੇ ਹੋਏ ਸੀ। ਕਰੀਬ 20 ਲੱਖ ਤੋਂ ਵੱਧ ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ ਸੀ। ਵਰਲਡ ਵਾਈਡ ਜਿੱਥੇ ਵੀ ਲੋਕ ਵੱਸਦੇ ਹੈਗੇ ਆ ਉਹਨਾਂ ਨੇ ਔਨਲਾਈਨ ਸ਼ੋਪਿੰਗ ਕੀਤੀ ਸੀ, ਇੱਥੇ ਵਿਜ਼ਿਟ ਵੀ ਕੀਤਾ ਸੀਗਾ। ਅੱਜ ਵੀ ਅਸੀਂ ਬਹੁਤ ਵੱਡੀ ਡਿਮਾਂਡ ਸੀਗੀ ਸਾਡੇ ਦਰਸ਼ਕਾਂ ਦੀ, ਕਹਿੰਦੇ ਸੀਗੇ ਅਰਮਾਨ ਵੈਡਿੰਗ ਮਾਲ ਸਰਦਾਰ ਜੀ ਦੀ ਸੱਚੀ ਹੱਟੀ 'ਤੇ ਜਾਓ ਅਤੇ ਸਾਨੂੰ ਵਰਾਇਟੀ ਵੀ ਦਿਖਾਓ। ਅੱਜ ਅਸੀਂ ਜਾ ਰਹੇ ਹਾਂ ਜਲੰਧਰ ਦੇ ਰੈਣਕ ਬਾਜ਼ਾਰ ਦੇ ਨਾਲ ਲੱਗਦੇ ਬ੍ਰੈਂਡਰਸ ਰੋਡ 'ਤੇ, ਅਤੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਵਰਾਇਟੀ। ਅੱਜ ਵੀ ਤੁਹਾਡੇ ਵੱਡੇ ਫਾਇਦੇ ਕਰਾਂਗੇ, ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ ਬੜੀ ਵਧੀਆ ਤਰੀਕੇ ਨਾਲ ਸਮਝ ਆਏਗੀ। ਆ ਹੁਣ ਚੱਲਦੇ ਆਪਾਂ। ਸੋ ਲਓ ਜੀ, ਹੁਣ ਅਸੀਂ ਪਹੁੰਚ ਚੁੱਕੇ ਹਾਂ ਅਰਮਾਨ ਵੈਡਿੰਗ ਮਾਲ। ਸੋ ਕਰੀਬ ਕਰੀਬ ਰਾਤ ਦੇ 8:30 ਵੱਜ ਚੁੱਕੇ ਆ, ਤਾਂ ਇਸ ਵੇਲੇ ਸਾਰੇ ਜਿਹੜੇ ਇਹਨਾਂ ਦੇ ਕਸਟਮਰ ਉਹ ਵੀ ਜਾ ਚੁੱਕੇ, ਕਿਉਂਕਿ ਬਹੁਤ ਵਾਰ ਅਸੀਂ ਟਰਾਈ ਕੀਤੀ ਦਿਨ ਦੇ ਟਾਈਮ ਆਉਣ ਦੀ, ਅਤੇ ਇਹਨਾਂ ਕੋਲ ਸਮਾਂ ਨਹੀਂ ਹੁੰਦਾ ਕਿਉਂਕਿ ਆ ਸਾਰੀਆਂ ਕੁਰਸੀਆਂ ਸਾਰਾ ਮਾਲ ਭਰਿਆ ਹੁੰਦਾ, ਲੋਕ ਦੂਰੋਂ ਦੂਰੋਂ ਆਉਂਦੇ ਹੁੰਦੇ ਆ ਅਤੇ ਬਾਰ ਬਾਰ ਰਿਕੁਐਸਟ ਕਰਦੇ ਸੀ ਤਾਂ ਮੁੜ ਕੇ ਚੱਲ ਜਾਂਦੇ ਸੀਗੇ, ਪਰ ਡਿਮਾਂਡ ਬਹੁਤ ਵੱਡੀ ਹੁੰਦੀ ਸੀ ਸਾਡੇ ਦਰਸ਼ਕਾਂ ਦੀ। ਉਹ ਕਹਿੰਦੇ ਵੀ ਬਾਰ ਬਾਰ ਜਾਇਆ ਕਰੋ, ਸਾਨੂੰ ਦੱਸਿਆ ਕਰੋ, ਕਿਉਂਕਿ ਕਰੀਬ 1.5 ਮਹੀਨਾ ਪਹਿਲਾਂ ਅਸੀਂ ਇੱਥੋਂ ਇੱਕ ਵੀਡੀਓ ਤੁਹਾਡੇ ਤੱਕ ਸ਼ੇਅਰ ਕੀਤੀ ਸੀ ਤਾਂ ਲੋਕਾਂ ਨੇ 20 ਲੱਖ ਤੋਂ ਵੱਧ ਦੇਖਿਆ ਸੀ ਅਤੇ ਵੱਡੇ ਫਾਇਦੇ ਲਏ ਸੀ। ਦੁਨੀਆ ਦਾ ਕੋਈ ਇਹੋ ਜਿਹਾ ਦੇਸ਼, ਇੰਡੀਆ ਦੀ ਕੋਈ ਇਹੋ ਜਿਹੀ ਸਟੇਟ, ਪੰਜਾਬ ਦਾ ਇਹੋ ਜਿਹਾ ਕੋਈ ਸ਼ਹਿਰ ਨਹੀਂ ਬਚਿਆ ਜਿਨ੍ਹਾਂ ਨੇ ਜਲੰਧਰ ਦੇ ਬ੍ਰੈਂਡਵਰ ਰੋਡ 'ਤੇ ਆ ਕੇ ਅਰਮਾਨ ਵੈਡਿੰਗ ਮਾਲ 'ਤੇ ਆਪਣੇ ਚਰਨ ਨਾ ਪਾਏ ਹੋਣ ਅਤੇ ਚਾਈਂ ਚਾਈਂ ਇੱਥੋਂ ਉੱਠ ਕੇ ਨਾ ਗਏ ਹੋਣ। ਸੋ ਤੁਸੀਂ ਵੇਖ ਸਕਦੇ ਇਸ ਵੇਲੇ ਸਾਰਾ ਨਵਾਂ ਸਟੋਕ ਆਇਆ ਹੋਇਆ ਅਤੇ ਬਹੁਤ ਨਵੀਂ ਵਰਾਇਟੀ ਆਈ ਆ, ਹਰ ਰੋਜ਼ ਇੱਥੇ ਨਵਾਂ ਸਟੋਕ ਆਉਂਦਾ ਹੈ ਅਤੇ ਲੋਕਾਂ ਨੂੰ ਥੋੜ੍ਹੇ ਪੈਸਿਆਂ ਦੇ ਵਿੱਚ ਵਧੀਆ ਵਰਾਇਟੀ ਮਿਲਦੀ ਹੈਗੀ ਆ। ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਦੇ ਓਨਰ ਸਨੀ ਭਾਈ ਨਾਲ, ਜੋ ਕਿ ਤੁਹਾਡੇ ਵੱਡੇ ਫਾਇਦੇ ਕਰਦੇ। ਭਾਅ ਜੀ ਕਿੱਦਾਂ, ਠੀਕ ਠਾਕ ਹੋ ਤੁਸੀਂ? ਸਭ ਤੋਂ ਪਹਿਲਾਂ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਾਂਝ ਟੀਵੀ ਦਰਸ਼ਕਾਂ ਨੂੰ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ। ਅਰਮਾਨ ਵੈਡਿੰਗ ਮਾਲ ਇੱਕ ਸੱਚੀ ਹੱਟੀ ਨੂੰ ਇੰਨਾ ਪਿਆਰ ਦਿੱਤਾ, ਜਿਹੜੇ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਰਿਸਪੋਂਸ ਦਿੱਤਾ, ਸਾਡੀ ਵਰਾਇਟੀ ਪਸੰਦ ਕੀਤੀ, ਅਤੇ ਜਿਹੜੇ ਦੂਰੋਂ ਦੂਰੋਂ ਆਏ ਉਹਨਾਂ ਦਾ ਵੀ ਬਹੁਤ 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 ਥੈਂਕ ਯੂ ਆ। ਅਤੇ ਹੁਣ ਅਸੀਂ ਸਟਾਰਟਿੰਗ ਕਰਨ ਚਾਹੁੰਦੇ ਹਾਂ ਜਿੱਦਾਂ ਪਿਛਲੇ ਵਾਰੀ ਆਪਾਂ ਸਟਾਰਟ ਕੀਤਾ ਬਾਈ 390 ਰੁਪਏ ਦਾ, ਕਿਉਂਕਿ ਤੁਸੀਂ ਵੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਹਰ ਚੀਜ਼ ਦਾ ਰੇਟ ਵਧਦਾ ਪਿਆ, ਭਾਵੇਂ ਕੋਈ ਵੀ ਚੀਜ਼ ਹੋਵੇ, ਭਾਵੇਂ ਘਰ ਦੀ ਹੋਵੇ, ਭਾਵੇਂ ਕੋਈ ਵੀ ਚੀਜ਼ ਹੋਵੇ, ਰੇਟ ਵਧਦਾ ਪਿਆ। ਪਰ ਅਸੀਂ ਅਰਮਾਨ ਵੈਡਿੰਗ ਮਾਲ ਵਾਲਿਆਂ ਨੇ ਅੱਜ ਵੀ ਉਹੀ ਰੇਟ ਰੱਖਿਆ ਆਪਣੇ ਸੂਟਾਂ ਦਾ। ਡਿਜ਼ਾਈਨਿੰਗ ਵਧੀਆ, ਕੱਪੜਾ ਵਧੀਆ, ਦੁਪੱਟਾ ਵਧੀਆ, ਹਰ ਚੀਜ਼ ਵਧੀਆ। ਵਰਾਇਟੀ ਸਟਾਰਟ ਕਰਨ ਤੋਂ ਪਹਿਲਾਂ ਜਿੱਦਾਂ ਅਸੀਂ ਪਿਛਲੀ ਵਾਰੀ ਵਾਅਦਾ ਕੀਤਾ ਸੀਗਾ, ਜਿਹੜਾ ਸਾਡੀ ਵੀਡੀਓ ਸਭ ਤੋਂ ਜ਼ਿਆਦਾ ਲਾਈਕ ਕਰੂਗਾ, ਵਧੀਆ ਕਮੈਂਟ ਕਰੂਗਾ, ਜ਼ਿਆਦਾ ਸ਼ੇਅਰ ਕਰੂਗਾ, ਉਹਨੂੰ ਸੂਟ ਅਸੀਂ ਗਿਫਟ ਦੇਵਾਂਗੇ। ਜਿਹੜੇ 2 ਵਾਰੀ ਅਸੀਂ ਵੀਡੀਓ ਸ਼ੇਅਰ ਕਰਨ 'ਤੇ ਦਿੱਤੇ ਸੂਟ ਪਿਛਲੀ ਵਾਰੀ ਗਿਫਟ, ਭਾਅ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਸ਼ੇਅਰ ਕੀਤੀ ਸੀਗੀ, ਐਤਕੀ ਅਸੀਂ ਸੁਪਰ ਬੰਪਰ ਸੂਟ ਲੈ ਕੇ ਆਉਂਦਾ ਸਪੈਸ਼ਲ ਭਾਅ ਜੀ ਸਪੈਸ਼ਲ। ਪਰ ਇੱਕ ਗੱਲ ਹੋਰ ਹੈ, ਪਿਛਲੀ ਵਾਰੀ 1 ਸੂਟ ਕੀਤਾ ਸੀਗਾ, ਐਤਕੀ ਅਸੀਂ 2 ਪ੍ਰਾਈਜ਼ ਰੱਖ ਦਿੱਤੇ ਆ, ਅਤੇ ਤੁਹਾਨੂੰ ਪਹਿਲਾ ਪ੍ਰਾਈਜ਼ ਦਿਖਾਉਣ ਲੱਗੇ ਭਾਅ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਸ਼ੇਅਰ ਕਰਨੀ ਹੈ ਅਤੇ ਕਮੈਂਟ ਵਧੀਆ ਕਰਨੇ ਆ। ਆਹ ਦੇਖੋ ਭਾਅ ਜੀ, ਇਹ ਹੈਗਾ ਸੂਟ ਨੋਟ ਫੋਰ ਸੇਲ, ਉਹਨਾਂ ਲਈ ਹੈ ਭੈਣ ਲਈ ਜਿਹੜਾ ਸਾਡਾ ਸਾਡੀ ਵੀਡੀਓ ਸਭ ਤੋਂ ਜ਼ਿਆਦਾ ਸ਼ੇਅਰ ਕਰੂਗੀ, ਲਾਈਕ ਕਰੂਗੀ ਅਤੇ ਸੋਹਣੇ ਸੋਹਣੇ ਕਮੈਂਟ ਕਰੂਗੀ। 8500 ਰੁਪਏ ਦਾ ਸੂਟ ਹੈ, 8500 ਦਾ ਸੂਟ ਸਿਰਫ ਗਿਫਟ ਹੈ ਇਹ। ਆਹ ਨਾਲ ਦੁਪੱਟਾ ਆਣਾ ਇੱਦਾਂ ਹੀ ਭਾਅ ਜੀ, ਇਹ ਹੈਗਾ ਫਸਟ ਪ੍ਰਾਈਜ਼। ਲਓ ਜੀ, ਸਾਡੇ ਦਰਸ਼ਕਾਂ ਦੀਆਂ ਵੱਡੀਆਂ ਮੌਜਾਂ ਸ਼ੁਰੂਆਤ ਦੇ ਵਿੱਚ ਲਾ ਦਿੱਤੀਆਂ ਅਰਮਾਨ ਵੈਡਿੰਗ ਮਾਲ ਨੇ। ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ, ਜਿਹੜਾ ਸਭ ਤੋਂ ਵੱਧ ਵੀਡੀਓ ਸ਼ੇਅਰ ਕਰੂਗਾ, ਲਾਈਕ ਕਰੂਗਾ ਅਤੇ ਵਧੀਆ ਕਮੈਂਟ ਕਰੂਗਾ, 8500 ਵਾਲਾ ਸੂਟ ਤੁਹਾਡੇ ਘਰ ਤਿੱਤਰਾਂ ਵਾਂਗੂ ਉੱਡਦੇ ਪਹੁੰਚ ਜਾਣਗੇ, ਕੋਰੀਅਰ ਇਹਨਾਂ ਨੇ ਕਰਕੇ ਦੇਣਾ। ਦੂਜਾ ਸੂਟ ਕਿਹੜਾ ਜੀ? ਦੂਜਾ ਭਾਅ ਜੀ, ਪਿਛਲੇ ਵੀ ਕਈ ਸਾਡੀਆਂ ਭੈਣਾਂ ਨਾਰਾਜ਼ ਹੋਈਆਂ, ਕਹਿੰਦੀ ਭਾਅ ਜੀ ਤੁਸੀਂ 1 ਸੂਟ ਰੱਖਿਆ, ਅਸੀਂ ਵੀ ਵੀਡੀਓ ਸ਼ੇਅਰ ਕੀਤੀਆਂ ਸੀਗੀਆਂ ਅਤੇ ਸਾਡੇ ਲਈ ਕੀ ਆ? ਅਤੇ ਇਹ ਸੂਟ, ਦੂਸਰਾ ਸੂਟ ਉਹਨਾਂ ਭੈਣਾਂ ਲਈ ਆ ਜਿਹੜਾ ਸਭ ਤੋਂ ਜ਼ਿਆਦਾ ਫਿਰ ਲਾਈਕ ਕਰੂੰਗੀ। ਆਹ ਸਪੈਸ਼ਲ ਭਾਅ ਜੀ ਗਿਫਟ, ਸੋਨੇ ਦੀ ਚਮਕ ਦਾ ਸੂਟ ਬਣਿਆ ਹੋਇਆ ਸੂਟ। ਹੁਣ ਜਿਵੇਂ ਠੰਡ ਆ ਗਈ ਆ, ਅਸੀਂ ਸੋਚਿਆ ਕਿ ਚਲੋ ਸਾਰੇ ਸਿਲਕਾਂ ਦਾ ਵੀ ਦੇ ਦਿੱਤਾ, ਕਰੇਪ ਦਾ ਵੀ ਦੇ ਦਿੱਤਾ, ਹੁਣ ਜਿਵੇਂ ਠੰਡ ਆ ਗਈ ਵੈਲਵਟ ਦਾ ਸੂਟ ਗਿਫਟ ਕਰਨਾ, ਪਿਓਰ ਡਾਇਮੰਡ ਦੇ ਸੋਨੇ ਦੇ ਕੰਮ ਦੀ ਪੋਲਿਸ਼ਿੰਗ ਦਾ ਸੂਟ। ਆਹ ਆਊਗੀ ਸ਼ਰਟ ਅਤੇ ਨਾਲ ਆਊਗਾ ਆਹ ਵਾਲਾ ਦੁਪੱਟਾ, ਇਹ ਉਹਨਾਂ ਲਈ ਆ ਜਿਨ੍ਹਾਂ ਨੇ ਸਭ ਤੋਂ ਵਧੀਆ ਕਮੈਂਟ ਅਤੇ ਸ਼ੇਅਰ ਕਰਨਾ। ਬਾਕੀ ਜੀ ਇਹ ਤਾਂ ਕਹਿ ਲਈਏ ਵੀ 12-15 ਹਜ਼ਾਰ ਵਾਲਾ ਕੋਂਬੋ ਪੈਕ ਤੁਹਾਡਾ ਬਣ ਗਿਆ ਹੈਗਾ, ਤੁਹਾਨੂੰ ਮਿਲ ਜਾਣਾ ਫ੍ਰੀ। ਜਿੱਦਾਂ ਜਿੱਦਾਂ ਵੀਡੀਓ ਚੱਲਦੀ, ਗੂਟਾ ਦਗੜ 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 ਦੱਬੀ ਚੱਲੋ ਸ਼ੇਅਰ 'ਤੇ ਕਮੈਂਟਾਂ 'ਤੇ, ਇੱਦਾਂ ਇੱਦਾਂ ਕਰਕੇ ਲਿਖੀ ਜਾਓ, ਇੰਨੇ ਕੁ ਕੰਮ ਕਰਨ ਦੇ ਨਾਲ ਤੁਹਾਨੂੰ 14-15 ਹਜ਼ਾਰ ਦੇ ਪ੍ਰਾਈਜ਼ ਮਿਲ ਜਾਣੇ ਆ। ਬਾਈ ਜੀ ਦਿਖਾਓ ਹੁਣ ਵਰਾਇਟੀ ਦਿਖਾਈ ਆਪਾਂ। ਆਹ ਸਟਾਰਟਿੰਗ ਪ੍ਰਾਈਜ਼ ਆ ਭਾਅ ਜੀ, ਆਹ ਦੇਖੋ ਦਰਾ ਲਓ, 5 ਮੀਟਰ ਪਿਓਰ ਕਰੇਪ ਦਾ ਸੂਟ, ਸਾਰਾ ਹੱਥ ਦਾ ਨਾਲ ਕੱਢੀ ਹੋਈ
रेट आना सिर्फ स्पेशल रेट 390 रुपए की रेंज 5 मीटर सूट नाल कढ़ाई ते प्योर दा दुपट्टा नाल ही थानू ओपन चैलेंज कर देने आ आ हैगा 390 रुपए दा मार्केट दे विच मिलना 1090 रुपए दा अज गाकां दे फायदे है नंबर डिजाइन 2 प्राइस 390 रुपए नंबर डिजाइन 3 ਇਹ ਵੀ ਨਹੀਂ ਭਾਜੀ ਇੱਕ ਇੱਕ ਪੀਸ ਆ ਚਾਹੇ ਗਾਹਕ ਕਵੇ ਹੁਣੇ ਸਕਰੀਨਸ਼ਾਟ ਖਿੱਚ ਕੇ ਭਾਜੀ ਹੁਣੇ ਭੇਜ ਦਿਓ ਘਰ ਮੇਰੇ ਹੁਣੇ ਡਿਲੀਵਰ ਹੋ ਜੂਗਾ 390 ਰੁਪਏ 'ਚ ਸਿਰਫ ਅਤੇ ਨਾਲੇ ਇੱਕ ਗੱਲ ਹੋਰ ਅਸੀਂ ਸਪੈਸ਼ਲ ਅੱਜ ਕਹਿਣ ਲੱਗੇ ਭਾਜੀ ਇਹ ਹੁਣ ਦਸੰਬਰ ਦਾ ਮਹੀਨਾ ਸਟਾਰਟ ਆ ਇੱਕ ਮਹੀਨਾ ਪੂਰੀ ਸੇਲ ਚੱਲੂਗੀ ਆਹ ਰੇਟ ਦੀ ਇੱਕ ਮਹੀਨਾ ਪੂਰੀ 31 ਦਸੰਬਰ ਤੱਕ ਨਿਊ ਈਅਰ ਡੇ ਤੱਕ ਇਹ ਨਹੀਂ ਕਿ 10 ਦਿਨ ਜਾਂ 15 ਦਿਨ 31 ਦਸੰਬਰ ਤੱਕ ਸੇਲ ਚੱਲੂਗੀ ਸਾਡੀ ਆਹ ਵਾਲੀ ਇਹ ਤਾਂ ਸਾਡੇ ਕੋਲ ਭਾਜੀ ਜਿਹੜੇ ਦੁਕਾਨ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕੀਤੇ ਨਾ ਐਵਰੇਜ ਭਾਜੀ ਐਵਰੇਜ ਮੈਂ ਗੱਲ ਕਰਦਾ ਮੈਂ ਝੂਠ ਨਹੀਂ ਕਹਿੰਦਾ ਪਿਆ ਪਿਆ ਸੂਟ ਲੈ ਕੇ ਗਿਆ ਕਸਟਮਰ ਅਤੇ ਪਿਆ ਪਿਆ ਸੂਟ ਲੈ ਕੇ ਗਿਆ ਅਤੇ ਜਿਹੜੀ ਉਹਨਾਂ ਨੇ ਤਰੀਫਾਂ ਦੀ ਅਸੀਸਾਂ ਦਿੱਤੀਆਂ ਜਿਹੜਾ ਪਿਆਰ ਦਿੱਤਾ ਉਹਦਾ ਕੋਈ ਮੋਲ ਹੀ ਨਹੀਂ ਹੈਗਾ ਇੰਨਾ ਅੱਗੇ ਜਿਹੜਾ ਘਰ ਕਹਿੰਦਾ ਮੈਂ ਮਹੀਨੇ ਦਾ 5000 ਕਮਾਉਣਾ ਨਾ ਮੈਂ 20000 ਕਮਾ ਰਿਹਾ ਭਾਜੀ ਮੈਂ ਸਾਡੇ ਨਾਲ ਜਿਹੜੇ ਕਸਟਮਰ ਜੁੜੇ ਆ 20-20 ਹਜ਼ਾਰ ਰੁਪਇਆ ਜਿਹੜਾ 5000 ਕਮਾਉਂਦਾ 20000 ਰੁਪਇਆ ਕਮਾ ਰਿਹਾ ਅੱਜ ਦੀ ਤਰੀਕ 'ਚ ਭਾਜੀ ਮਿਹਨਤ ਉਹ ਕਰਦਾ ਸਾਡਾ ਤਾਂ ਸਾਥ ਜਾ ਰਿਹਾ ਨਾਲ ਕਿ ਅਸੀਂ ਕਹਿੰਦੇ ਕਿ ਸਾਡੇ ਨਾਲ ਕੋਈ ਸਾਡਾ ਭਰਾ ਭੈਣ ਤਰਦਾ ਤਰੱਕੀ ਕਰਦਾ ਸਾਨੂੰ ਸਭ ਤੋਂ ਵੱਡੀ ਖੁਸ਼ੀ ਹੈ ਸਾਡੀ ਸਭ ਤੋਂ ਵੱਧ ਕਮਾਈ ਉਹੀ ਹੈ 390 ਰੁਪਏ ਤੋਂ ਬਾਅਦ ਭਾਜੀ ਹੁਣ ਇਹਦੇ ਵਿੱਚ ਹੀ ਇੱਕ ਸਪੈਸ਼ਲ ਚੀਜ਼ਾਂ ਲਿਆਂਦੀਆਂ ਇਹਦੇ 'ਚ ਬੁਟੀਕਾਂ ਦੇ ਪੀਸ ਇਹ ਸਾਰੇ ਭਾਜੀ ਡਿਜ਼ਾਈਨ ਖੁੱਲ੍ਹੇ ਡੁੱਲੇ ਕੱਪੜਿਆਂ ਦੇ ਵਿੱਚ 5-5 ਮੀਟਰ ਸੂਟ ਆ ਹਲੋ ਪਿਓਰ ਕਰੇਪ ਦੇ ਵਿੱਚ ਹਲੋ ਮੋਰਨੀਆਂ ਬਣੀਆਂ ਕਿਸੇ ਨੇ ਮੋਰਨੀਆਂ 3000 ਦਾ ਲਿਆ ਕਿਸੇ ਨੇ 3500 ਦਾ ਵੀ ਲਿਆ ਕਿਸੇ ਨੇ 2500 ਦਾ ਵੀ ਲਿਆ ਸਾਡਾ ਪ੍ਰਾਈਸ ਸਿਰਫ 550 ਰੁਪਏ ਦਾ ਪਿਓਰ ਕਰੇਪ ਦੇ ਵਿੱਚ 5 ਮੀਟਰ ਸੂਟ ਅਤੇ ਦੁਪੱਟਾ ਵੀ ਨਾਲ ਇੱਦਾਂ ਹੀ ਮੋਰਨੀਆਂ ਬਣੀਆਂ ਆਣੀਆਂ ਆਹ ਦੇਖੋ ਲਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਨਾ ਉਹ ਇੱਦਾਂ ਦੀ ਵਰਾਇਟੀ ਜ਼ਰੂਰ ਭਰਨ ਖੁੱਲ੍ਹ ਕੇ ਵਰਾਇਟੀ ਭਰਨ 550 ਰੁਪਏ ਰੇਂਜ ਆਹ ਦੇਖੋ ਕਲਰ ਭਾਜੀ ਆ ਲਓ ਕਲਰ ਵੀ ਹੈ ਚੌਂਦੇ ਕਲਰ ਆ ਭਾਜੀ ਚਮਚਮਾਉਂਦੇ ਕਲਰ ਆ ਇਹ 'ਚ 5 ਡਿਜ਼ਾਈਨ ਦਿਖਾਉਣੇ ਤੁਹਾਨੂੰ ਮੈਂ 5 ਡਿਜ਼ਾਈਨ ਟੋਪ ਟੋਪ ਦੇ ਉਹ ਵੀ ਭਾਜੀ ਟੋਪ ਟੋਪ ਦੇ ਇਹ ਨਵਾਂ ਡਿਜ਼ਾਈਨ ਹੈ ਇਹਨੂੰ ਕਹਿੰਦੇ ਸਵਿਫਟ ਜਿਵੇਂ ਗੱਡੀਆਂ ਦਾ ਮਾਡਲ ਨਾ ਸਵਿਫਟ ਇਹ ਸਾਡਾ ਸੂਟਾਂ ਦਾ ਮਾਡਲ ਹੈ ਸਵਿਫਟ ਆ ਲਓ ਪਿਓਰ ਦੇ ਵਿੱਚ ਆਣਾ ਜੋਰਜਟ 'ਚ ਪਿਓਰ ਦੇ ਵਿੱਚ ਇੱਦਾਂ ਹੀ ਨਾਲ ਦੁਪੱਟਾ ਸਾਰੇ ਦੁਪੱਟੇ ਦੇ ਕਢਾਈ ਆ ਦੇਖ ਪਾ ਲਓ 550 ਰੁਪਏ ਦੀ ਰੇਂਜ 'ਚ ਡਿਜ਼ਾਈਨ ਨੰਬਰ 2 ਅਤੇ ਕਲਰ ਮਿੱਠੇ ਮਿੱਠੇ ਰੰਗ ਹੈਗੇ ਪਰ ਸਾਰੇ ਸ਼ੂਗਰ ਫਰੀ ਆ ਇੱਕ ਆਹ ਨਵਾਂ ਰੰਗ ਆ ਬਟਰ ਸਕੋਚ ਇੱਕ ਰੰਗ ਹੈ ਪੀਚ ਇਹਦਾ ਇੱਦਾਂ ਵੀ ਜਿਵੇਂ ਤੁਸੀਂ ਆਈਸ ਕ੍ਰੀਮਾਂ ਨੂੰ ਪਸੰਦ ਕਰਦੇ ਆ ਇਹ ਆਈਸ ਕ੍ਰੀਮਾਂ ਨਾਲੋਂ ਵੀ ਖਰੇ ਖਰੇ ਸੂਟ ਹੈਗੇ ਆ ਤੁਸੀਂ ਕੱਪੜਾ ਲੈਣ ਚਲ ਜਾਣਾ 5 ਮੀਟਰ ਭਾਜੀ ਦੁਪੱਟੇ ਇੰਕਲੂਡਿੰਗ ਦੇ ਵਿੱਚ 800-900 ਰੁਪਏ ਦਾ ਰੈਡੀ ਹੁੰਦਾ 800-900 ਰੁਪਏ ਰੈਡੀ ਹੋਣਾ ਦੁਕਾਨ ਨੇ ਕਹਿਣਾ ਨਹੀਂ ਰਹਿਣ ਦੇ ਮੈਂ ਨਹੀਂ ਲੈਣਾ ਮੈਂ ਅਰਮਾਨ ਵੈਡਿੰਗ ਮਾਲ 'ਤੇ ਚੱਲਣੀ ਸ਼ੋਪਿੰਗ ਕਰਨੀ ਐਵੇਂ ਦੁਕਾਨਾਂ ਵਾਲੇ ਕਹਿੰਦੇ ਜੀ ਫੋਟੋ ਵਾਲਾ ਸੂਟ ਆ ਜੀ ਫੋਟੋ ਵਾਲਾ ਇਹ ਤਾਂ 3000 ਦਾ ਸੂਟ ਆ ਇਹ ਹੈਗਾ 25000 ਦਾ ਆ ਫੋਟੋ ਹੁੰਦੀ 10 ਰੁਪਏ ਦੀ ਅਤੇ ਸੂਟ ਦਾ ਰੇਟ ਕਰ ਦਿੰਦੇ ਆ 3000 ਅਤੇ ਤੁਸੀਂ ਫਸ ਜਾਂਦੇ ਹੋ ਬਾਈ ਜੀ ਆਪਣਾ ਫੋਟੋ ਦਾ ਕੀ ਰੇਟ ਇਹਦਾ 550 ਰੁਪਏ ਭਾਜੀ ਆ ਲਓ ਆ 3000 ਰੁਪਏ ਨਹੀਂ ਲਾਉਣਾ ਪੈਣਾ ਬਾਈ 550 ਜਿੰਨੇ ਮਰਜ਼ੀ ਲੈ ਜਾਓ ਬਾਹਰ ਤੁਸੀਂ 3000 ਦਾ ਇੱਕ ਮਿਲਣਾ ਇੱਥੇ 3000 ਦੇ 6 ਸੂਟ ਲੈ ਜਾਓ ਆ ਲਓ ਭਾਜੀ ਇੱਕ ਹੋਰ ਆਈਟਮ ਫਿਰ ਆ ਲਓ ਸਪੈਸ਼ਲ ਡਿਜ਼ਾਈਨ ਆ ਝਿਲ ਮਿਲ ਡਿਜ਼ਾਈਨ ਸੇਮ ਫੈਬਰਿਕ ਜੋਰਜਟ ਦੇ ਵਿੱਚ 5 ਮੀਟਰ ਪੂਰਾ ਸੂਟ ਅਤੇ ਇੱਕ ਗੱਲ ਹੋਰ ਇਹਦੇ ਨਾਲ ਜਿਹੜੀ ਨਾ ਹੁਣ ਅਸੀਂ ਕੰਪਨੀ ਵੱਲੋਂ ਸਪੈਸ਼ਲ ਡਿਮਾਂਡ ਦੇ ਵਿੱਚ ਕਸਟਮਰ ਦੇ ਕਰਕੇ ਕਿ ਕਸਟਮਰ ਕਈ ਵਾਰੀ ਕਹਿੰਦੇ ਸਾਨੂੰ ਲਾਈਨਿੰਗ ਵੀ ਭਾਜੀ ਨਾਲ ਚਾਹੀਦੀ ਆ ਇਹ ਸਪੈਸ਼ਲ 3-4 ਡਿਜ਼ਾਈਨ ਤਿਆਰ ਕਰਾਏ ਪ੍ਰਾਈਜ਼ ਉਹੀ ਸੂਟ ਦਾ ਲਾਈਨਿੰਗ ਗਿਫਟ ਰੇਟ ਸਿਰਫ 550 ਰੁਪਏ ਦਾ ਚੰਨ ਚਾਨਣੀ ਰਾਤ ਮਹਿਰਮਾ ਟਿਮ ਟਮਾਉਂਦੇ ਤਾਰੇ ਰੁਪਈਆ ਹੈਗਾ ਸਿਰਫ 550 ਰੁਪਏ 550 ਦੇ ਵਿੱਚ ਲੈ ਜਾਓ ਸਕਰੀਨਸ਼ੋਟ ਵੀ ਲੈ ਲਓ ਚਾਹੇ 550 ਰੁਪਏ ਦਾ 31/12/2021 ਤੱਕ 550 ਰੁਪਏ ਜਿੰਨੇ ਤੁਸੀਂ ਲੈ ਸਕਦੇ ਆ ਜਿੰਨਾ ਤੁਸੀਂ ਆਪਣਾ ਬੈਨੀਫਿਟ ਕਰਾ ਸਕਦੇ ਕਰਾ ਲਓ 550 ਰੁਪਏ ਦੇ ਆਹ ਦੇਖੋ ਕਲਰ ਭਾਜੀ ਆ ਲਓ ਇਹ ਨਹੀਂ ਕਿ ਇੱਕ ਕਲਰ ਹੈ ਦੁਕਾਨ ਦਾ ਦਿਖਾਉਂਦਾ ਇੱਕ ਰੰਗ ਕੀ ਕਹਿੰਦਾ ਭਾਜੀ ਬਸ ਇੱਕ ਸੈਂਪਲ ਦਿਖਾਉਣਾ ਅਸੀਂ ਦਿਖਾਉਂਦੇ 4-4 ਕਲਰ ਪੂਰੇ ਆਹ ਦੇਖੋ ਭਾਜੀ ਡਿਜ਼ਾਈਨ ਨੰਬਰ 3 ਆ ਲਓ ਚੈਲੰਜ ਕਰਦੇ ਚੈਲੰਜ ਕੋਈ ਇਸ ਪ੍ਰਾਈਸ 'ਚ ਸੂਟ ਦੇ ਜੂਗਾ ਤਾਂ ਕਹਿ ਦਿਓ ਭਾਜੀ 5 ਮੀਟਰ ਪੂਰਾ ਸੂਟ ਆਣਾ ਪਿਓਰ ਕਰੇਪ ਦਾ ਇੱਦਾਂ ਹੀ ਨਾਲ ਦੇਖੋ ਭਾਜੀ ਦੁਪੱਟਾ ਇਹਨੂੰ ਕਹਿੰਦਾ ਝਿਲ ਮਿਲ ਰਹੀ ਹੈ ਦੁਪੱਟਾ ਵੀ ਦੇਖੋ ਭਾਜੀ ਨਾਲੇ 550 'ਚ ਇਹ ਨਹੀਂ ਦੁਪੱਟਾ ਨਿੱਕਾ ਜਿਹਾ ਕਰਤਾ ਖੁੱਲ੍ਹਾ ਡੁੱਲਾ ਦੁਪੱਟਾ ਪੂਰਾ 2.5 ਮੀਟਰ ਦੁਪੱਟਾ ਨਾ 550 ਰੁਪਏ ਦੀ ਰੇਂਜ 'ਚ ਮੇਰੇ ਤੋਂ ਇਹਦੇ ਵਿੱਚ ਇਸ ਟਾਈਮ 100 ਡਿਜ਼ਾਈਨ ਹਾਜ਼ਰ ਆ 100 ਡਿਜ਼ਾਈਨ 550 ਰੁਪਏ ਦੀ ਰੇਂਜ 'ਚ ਭਾਜੀ ਅਭੀ ਨਵੇਂ ਡਿਜ਼ਾਈਨ ਆ ਨਾ ਇਹਦੇ ਵਿੱਚ ਕੀ ਕੀ ਰੇਂਜ ਹੈਗੀ ਇਹ ਵੀ ਭਾਜੀ ਸੇਮ 550 ਰੁਪਏ ਦਾ
ਬਾਕੀ ਤੁਸੀਂ ਇਹ ਦੇਖ ਲਓ ਵੀ ਨਹੀਂ ਤਾਂ ਤੁਹਾਨੂੰ ਦੁਕਾਨਦਾਰ ਇੱਕ ਹੀ ਸੂਟ ਦਿਖਾਉਂਦਾ 500 550 ਦਾ ਇਹਨਾਂ ਨੇ ਤੁਹਾਨੂੰ 550 ਦੇ ਵਿੱਚ 30-30 40-40 ਸੂਟ ਦਿਖਾ ਦੇ ਇੱਥੋਂ ਪਤਾ ਲੱਗਦਾ ਵੀ ਵਰਾਇਟੀ ਬਹੁਤ ਆ ਇਹ ਕੀ ਪ੍ਰਾਈਜ਼ ਆ ਜੀ ਸੇਮ ਪ੍ਰਾਈਜ਼ 550 ਰੁਪਏ ਦਾ ਵਧਾ ਲਓ ਹੁਣ ਥੋੜ੍ਹਾ ਜਿਹਾ 100-200 ਖਰਚੇ ਵੀ ਪੂਰੇ ਕਰਨੇ ਤੁਸੀਂ ਨਾ 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 ਲਾਲਚ ਮਨ 'ਚ ਕਦੇ ਨਹੀਂ ਲੈਣਾ ਹਮੇਸ਼ਾ ਕੰਮ ਕਰਨਾ ਦਿਲ ਨਾਲ ਕਿਉਂਕਿ ਦਿਲ ਹੁੰਦਾ ਹਮੇਸ਼ਾ ਲੈਫਟ 'ਚ ਹੁੰਦਾ ਹਮੇਸ਼ਾ ਰਾਈਟ ਆ ਨਾ ਠੱਗੀ ਨਾ ਠੋਰੀ ਨਾ ਸਾਨੂੰ ਕਮਾਈ ਦੀ ਬਹੁਤੀ ਲੋੜ ਆ ਸਾਨੂੰ ਗਾਹਕਾਂ ਦਾ ਪਿਆਰ ਮਿਲੀ ਨਾ ਸਾਡੀ ਸਭ ਤੋਂ ਵੱਡੀ ਦੌਲਤ ਹੀ ਉਹੀ ਹੈ ਇਹ ਹੈਗਾ ਸਾਡੇ ਸਪੈਸ਼ਲ ਸੂਟ ਮਹਾਰਾਣੀ ਸੂਟ ਆ ਭਾਜੀ ਆਹ ਦੇਖੋ ਪਿਓਰ ਚਨੌਨ ਦਾ ਦੁਪੱਟਾ ਪਿਓਰ ਜੋਰਜਟ ਦੀ ਸ਼ਰਟ ਅਤੇ ਫਿਰ ਇੱਕ ਇਹਦੇ ਵਿੱਚ ਹੋਰ ਇੱਕ ਐਡ ਕਰਤਾ ਲਾਈਨਿੰਗ ਵੀ ਨਾਲ ਆਊਗੀ ਕੋਈ ਕਹਿੰਦਾ ਨਹੀਂ ਵੀਡੀਓ ਦੇ ਵਿੱਚ ਸੂਟ ਦੇ ਨਾਲ ਲਾਈਨਿੰਗ ਦਊਂਗਾ ਅਸੀਂ ਪਹਿਲੇ ਦੁਕਾਨਦਾਰ ਹਾਂ ਤੁਸੀਂ ਬਹੁਤ ਵੀਡੀਓ ਕੀਤੀ ਭਾਜੀ ਕਿਸੇ ਨੇ ਇਹ ਦਿਨ ਦਾ ਕਿਹਾ ਸੂਟ ਦੇ ਨਾਲ ਲਾਈਨਿੰਗ ਦੇਵਾਂਗੇ ਅਸੀਂ ਸੂਟ ਦੇ ਨਾਲ ਲਾਈਨਿੰਗ ਵੀ ਦੇਵਾਂਗੇ ਬੰਦਾ ਕਹਿੰਦਾ ਵੀ ਲਾਈਨਿੰਗ ਦੇ ਵੱਖਰੇ ਪੈਸੇ ਲੈ ਲਾਂਗੇ ਪੈਸੇ ਰੱਖ ਲਓ 100-150 ਬਚੇ ਤਾਂ ਉਹ ਬਚਾ ਲਓ ਕਰਨਾ ਹੀ ਅਸੀਂ ਗਾਹਕਾਂ ਦਾ ਫਾਇਦਾ ਕਰਨਾ ਆਹ ਦੇਖੋ ਕਲਰ ਭਾਜੀ ਮਿੱਠੇ ਮਿੱਠੇ ਰੰਗ ਦਿਲ ਕਰਦਾ ਕਿ ਹੁਣੇ ਮੈਂ ਵੀਡੀਓ ਦੇ ਵਿੱਚੋਂ ਕੱਢ ਕੇ ਸੂਟ ਨੂੰ ਨਾ ਮੰਗਾ ਲਵਾਂ ਟੀਵੀ 'ਚੋਂ ਕੱਢ ਕੇ ਇੱਦਾਂ ਦੇ ਰੰਗ ਆ ਅਤੇ ਗਾਹ ਦੇਖਦਾ ਕਹੂਗਾ ਵਾਕਈ ਸਿਰਫ 650 ਰੁਪਏ ਦਾ ਸਕੋਰਪੀਓ ਥਾਰ ਫੋਰਚੂਨਰਾਂ ਆਪਣੀਆਂ ਅਲਟੋ ਗੱਡੀਆਂ ਭਰ ਭਰ ਕੇ ਇੱਥੇ ਆ ਜਾਓ ਤੁਸੀਂ ਹੈ ਇੱਥੇ ਪਾਰਕਿੰਗ ਬੜੀ ਵੱਡੀ ਆ ਬਾਹਰ ਉੱਥੇ ਗੱਡੀ ਖੜੀ ਕਰਕੇ 1.5 ਮਿੰਟ ਤੌਰ ਕੇ ਉਹਨੂੰ ਲੱਗਣਾ ਤਾਂ ਇੱਥੋਂ ਆਪਣੇ ਸੂਟ ਲੈ ਜਾਓ ਲੱਖਾਂ ਰੁਪਈਏ ਤੁਹਾਡੇ ਸੇਵ ਹੋ ਜਾਣੇ ਹੁਣ ਆਹ ਦੇਖੋ ਪਿਓਰ ਦੇ ਵਿੱਚ ਸੂਟ ਆ ਭਾਜੀ ਪਿਓਰ ਕਰੇਪ 'ਚ ਇੱਕ ਆਹ ਕੱਪੜਾ ਆਇਆ ਦੇਖੋ 220 ਰੁਪਏ ਮੀਟਰ ਬਾਜ਼ਾਰ ਦੇ ਵਿੱਚ ਕੱਪੜਾ ਵਿਕਦਾ ਪਿਓਰ ਕਰੇਪ ਦਾ ਇੱਕ ਸੂਟ ਲੈਣ ਚਲ ਜਾਓ ਤਿਆਰ ਹੋਣਾ 2500 ਰੁਪਏ ਦਾ 2500 ਰੁਪਏ ਦਾ ਇੱਕ ਸੂਟ ਤਿਆਰ ਹੋਣਾ ਅਤੇ ਗਾਹਕਾਂ ਨੂੰ ਸਪੈਸ਼ਲ ਆਫਰ ਦੋ ਸੂਟ 2100 ਰੁਪਏ 'ਚ ਸਾਰਾ ਪਰਿਵਾਰ ਬੈਠੋ ਇਕੱਲੇ ਇਕੱਲੇ ਸੂਟ ਦੇ ਰੇਟ ਦੇ ਲਓ ਅਤੇ ਨਾਲ ਨਾਲ ਔਡਰ ਕਰੋ ਤੁਹਾਡੇ ਘਰ ਪਹੁੰਚ ਜਾਣੇ ਆ ਇੱਕ ਤਾਂ ਟਿਕਟਾਂ ਦੇ ਪੈਸੇ ਬਚ ਗਏ ਦੂਜਾ ਤੁਹਾਡਾ ਟਾਈਮ ਬਚ ਗਿਆ ਤੁਹਾਡੇ ਪੈਸੇ ਬਚ ਗਏ ਤੁਹਾਨੂੰ ਵਰਾਇਟੀ ਵਧੀਆ ਮਿਲ ਗਈ ਇਹ ਫਾਇਦੇ ਅਰਮਾਨ ਵੈਡਿੰਗ ਮਾਲ ਕਰ ਰਿਹਾ ਹੈ ਇੱਕ ਡਿਜ਼ਾਈਨ ਹੋ ਗਿਆ ਭਾਜੀ ਇਹ 'ਚ ਹੁਣ ਲਓ ਇਹ 'ਚ ਸੈਕਿੰਡ ਡਿਜ਼ਾਈਨ ਭਾਜੀ ਆ ਲਓ ਸੇਮ ਦੇ ਵਿੱਚ ਸੈਕਿੰਡ ਡਿਜ਼ਾਈਨ ਅੱਜ ਤੁਹਾਨੂੰ ਖੁੱਲ੍ਹ ਕੇ ਵਰਾਇਟੀ ਦਿਖਾਉਣੀ ਭਾਜੀ ਆਹ ਨਵਾਂ ਰੰਗ ਆਇਆ ਭਾਜੀ ਰੱਬ ਦਾ ਰੰਗ ਆ ਲਓ ਰੱਬ ਦਾ ਰੰਗ ਆਇਆ ਭਾਜੀ ਲੋਕਾਂ ਦਾ ਸਾਰਿਆਂ ਕੋਲ ਕਲਰ ਹੋਣੇ ਆ ਆਹ ਰੰਗ ਬਿਲਕੁਲ ਬ੍ਰਾਂਡ ਨਿਊ ਕਲਰ ਹੈ ਬ੍ਰਾਂਡ ਨਿਊ ਆ ਲਓ ਪਿਓਰ ਚਨੌਨ ਦਾ ਦੁਪੱਟਾ ਦੁਪੱਟਾ ਵੀ ਦੇਖ ਲਓ ਭਾਜੀ ਆ ਲਓ ਖੁੱਲ੍ਹਾ ਡੁੱਲਾ ਦੁਪੱਟਾ ਬਣਿਆ ਹਾ ਜੀ ਫੁੱਲ ਦੁਪੱਟਾ 2.5 ਮੀਟਰ ਦਾ ਪਿਓਰ ਕਰੇਪ ਦੇ ਵਿੱਚ 2100 ਦੇ ਦੋ ਚਾਹੇ ਸਕਰੀਨਸ਼ਾਟ ਹੋਣੇ ਲੈ ਲਓ ਨੰਬਰ ਡਿਸਪਲੇ ਤੇ ਆ ਰਿਹਾ ਜਿੰਨੇ ਮਰਜ਼ੀ ਸੂਟ ਆਰਡਰ ਕਰ ਲਓ ਤਾਂ ਜਿਵੇਂ ਰੱਬ ਦਾ ਰੇਡੀਓ ਫਿਲਮ ਚੱਲੀ ਸੀ ਉਸੇ ਤਰ੍ਹਾਂ ਇਹ ਰੱਬ ਦਾ ਰੰਗ ਜਿਹੜਾ ਸੂਟ ਹੈਗਾ ਇਹ ਵੀ ਇੱਦਾਂ ਹੀ ਦੌੜਦਾ 100 ਦੀ ਸਪੀਡ 'ਤੇ ਦੌੜਦਾ ਕਿਉਂ ਆ ਇੱਕ ਤਾਂ ਕੁਆਲਿਟੀ ਵਰਾਇਟੀ ਵਧੀਆ ਰੁਪਈਏ ਤਾਂ ਹੈ ਹੀ ਕੁਛ ਨਹੀਂ ਆਹ ਧਾਗੇ ਦੇ ਰੇਟ ਤੁਹਾਨੂੰ ਸੂਟ ਦਈ ਜਾਂਦੇ ਸਾਰੇ ਰੰਗ ਚੱਕਣ ਵਾਲੇ ਹੈਗੇ ਆ ਜਿਹੜੇ ਮਰਜ਼ੀ ਰੰਗ ਦੇ ਹੱਥ ਲਾ ਲਓ ਭਾਜੀ ਆਹ ਦੇਖੋ ਜਿੱਦਾਂ ਪਿਛਲੀ ਅਸੀਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਵੀ ਸਾਡਾ ਇੱਕ ਡਿਜ਼ਾਈਨ ਸੀ ਸਿਵਰੋਸਕੀ ਦਾ ਗੋਲਡ ਪਲੇਟਡ ਵਰਕ ਦਾ ਸੋਨੇ ਦੀ ਪੋਲਿਸ਼ਿੰਗ ਦਾ ਵਰਕ ਸੀਗਾ ਉੱਦਾਂ ਹੀ ਉਹਦੇ ਵਿੱਚ ਅਸੀਂ ਹੁਣ ਇੱਕ ਨਿਊ ਡਿਜ਼ਾਈਨ ਤਿਆਰ ਕਰਵਾਇਆ ਸਪੈਸ਼ਲ ਅਲਟੀਮੇਟ ਸੂਟ ਤਿਆਰ ਕਰਾਇਆ ਅਲਟੀਮੇਟ ਸਭਿਆ ਸਾਚੀ ਦੁਪੱਟੇ ਦੇ ਨਾਲ ਸਾਰੀ ਉਹਦੀ ਪ੍ਰਿੰਟਿੰਗ ਹੈ ਆਹ ਸ਼ਰਟ ਤੇ ਵਰਕ ਹੈ ਇੱਦਾਂ ਹੀ ਦੁਪੱਟਾ ਨਾਲ ਬਣਿਆ ਭਾਜੀ ਅਤੇ ਕਲਰ ਟੋਪ ਦੇ ਟੋਪ ਕਲਰ ਟੋਪ ਦੇ ਟੋਪ ਜੇ ਡੈਰੀਆਂ ਦੇ ਵਿੱਚ ਦੇਸੀ ਘਿਓ ਕਾੜਿਆ ਜਾਂਦਾ ਨਾ ਖੁਸ਼ਬੂ ਦੂਰੋਂ ਹੀ ਆ ਜਾਂਦੀ ਆ ਓਏ ਹੋਏ ਹੋਏ ਦਿਲ ਕਰਦਾ ਖਾ ਲਵਾਂ ਪਤੀਲਾ ਭਰ ਕੇ ਉੱਦਾਂ ਹੀ ਭਾਜੀ ਆ ਸੂਟ ਦਿਲ ਕਰਨਾ ਸਾਰੇ ਲੈ ਲਵਾਂ ਹੁਣੇ ਵੀਡੀਓ ਦੇ ਵਿੱਚ ਦੇਖਦੇ ਦੇਖਦੇ ਆਹ ਦੇਖੋ ਕਲਰ ਭਾਜੀ ਭਾਜੀ ਇਹ ਦੱਸੋ ਮੈਨੂੰ ਗੱਲ ਜਿਹੜੇ ਐਨ ਆਰ ਆਈ ਸਾਡੇ ਕਸਟਮਰ ਆ ਖੁਸ਼ ਹੁੰਦੇ ਤੁਹਾਡੇ ਤੋਂ ਉਹ ਕਹਿੰਦੇ ਵੀ ਹਾਂ ਵੀ ਰੇਟ ਵਰਾਇਟੀ ਸਾਰੀ ਵਧੀਆ ਇਹ ਗੱਲ ਤੁਸੀਂ ਮੈਨੂੰ ਪਿਛਲੀ ਵਾਰੀ ਵੀ ਕਹੀ ਸੀਗੀ ਅਤੇ ਤੁਹਾਨੂੰ ਮੈਂ ਇਹੀ ਗੱਲ ਦਿੱਤਾ ਸੀਗਾ ਕਿਹਾ ਸੀ ਜਵਾਬ ਕਿ ਸਾਰੇ ਹੀ ਖੁਸ਼ ਹੁੰਦੇ ਆ ਅੱਜ ਤੁਹਾਨੂੰ ਮੈਂ ਲਾਈਵ ਰਿਵਿਊ ਦੇਣਾ ਭਾਜੀ ਮੈਂ ਤਾਂ ਭਾਜੀ ਲਾਓ ਫੋਨ ਕਿਹਨਾਂ ਨੂੰ ਲਾਉਣੇ ਫੋਨ ਅੱਜ ਬਾ ਨਾ ਇਹ ਵੀ ਦੇਖੀਏ ਉਹਨਾਂ ਨੂੰ ਪੁੱਛਦੇ ਆ ਕਿੱਥੋਂ ਬੋਲਦੇ ਆ ਅਤੇ ਵਰਾਇਟੀ ਸੋ ਮੈਂ ਐਨ ਆਰ ਆਈ ਕਸਟਮਰ ਨੂੰ ਜ਼ਰੂਰ ਵਾਰ ਵਾਰ ਕਹਿੰਦੇ ਹੋ ਨਾ ਵੀ ਤੁਹਾਡੇ ਲਈ ਨਾ ਬੈਸਟ ਆਪਸ਼ਨ ਹੈਗੀ ਆ ਬਹੁਤ ਸਾਰੇ ਲੋਕ ਕੋਈ ਕਹਿੰਦੇ ਅਸੀਂ ਪਹਿਲਾਂ ਲੁਧਿਆਣਿਓਂ ਕਰਦੇ ਸੀ ਕੋਈ ਕਹਿੰਦੇ ਅਸੀਂ ਤਾਂ ਸਮਰਾਲਿਓਂ ਕਰਦੇ ਸੀ ਕੋਈ ਕਹਿੰਦੇ ਖੰਨਿਓਂ ਕਰਦੇ ਸੀ ਕੋਈ ਕਹਿੰਦੇ ਅਸੀਂ ਤਾਂ ਜੀ ਅੰਮ੍ਰਿਤਸਰ ਤੋਂ ਕਰਦੇ ਸੀ ਹੁਣ ਸਾਰੇ ਉੱਥੋਂ ਛੱਡ ਕੇ ਜਿੰਨੇ ਐਨ ਆਰ ਆਈ ਆ ਇੱਥੇ ਆ ਗਏ ਆ ਅਤੇ ਹੁਣ ਆਪਾਂ ਬਾਈ ਜੀ ਨੂੰ ਕਿਹਾ ਵੀ ਸਾਨੂੰ ਗੱਲ ਕਰਾਓ ਨਾ ਦੇਖਦੇ ਹਾਂ ਕਿਹਨਾਂ ਨਾਲ ਗੱਲ ਕਰਾਉਂਦੇ ਆ ਸਤਿ ਸ਼੍ਰੀ ਅਕਾਲ ਭੂਆ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਆ ਜੀ ਹਾਂਜੀ ਭੂਆ ਜੀ ਸਤਿ ਸ਼੍ਰੀ ਅਕਾਲ ਹਰਦੀਪ ਸਿੰਘ ਤੱਗੜ ਬੋਲਦਾ ਸਾਂਝ ਟੀਵੀ ਤੋਂ ਠੀਕ ਹੋ ਤੁਸੀਂ ਹਾਂਜੀ ਪੁੱਤ ਤੁਹਾਡੇ ਤੇ ਬੋਲਾਂ ਨੂੰ ਤਰਸ ਹੀ ਪਈ ਆ ਮੈਂ ਤਾਂ ਰੋਜ਼ ਹੀ ਦੇਖਦੀ ਰਹਿੰਦੀ ਆ ਮੈਂ ਆਪਣੇ YouTube ਤੇ ਦੇਖਦੀ ਰਹਿੰਦੀ ਆ ਅੱਜ ਵੀ ਤੂੰ ਫਲਾਣੇ ਥਾਂ ਤੇ ਬੋਲਦਾ ਫਲਾਣੇ ਤੂੰ ਮੈਂ ਕਿਹਨੀ ਸਨੀ ਤੇ ਕਿਉਂ ਨਹੀਂ ਆਉਂਦਾ ਹੈਗਾ ਸਨੀ ਭਾਈ ਜਦ ਅਸੀਂ 2 ਮਹੀਨੇ ਤੋਂ ਕਿਊ ਵਿੱਚ ਲੱਗੇ ਸੀ ਟਾਈਮ ਨਹੀਂ ਦਿੰਦੇ ਸੀ ਅੱਜ ਵੀ ਧੱਕੇ ਨਾਲ ਆ ਗਏ ਆ ਅੱਛਾ ਮੈਨੂੰ ਇਹ ਦੱਸੋ ਵੀ ਕਿੱਦਾਂ ਦੀ ਇੱਥੇ ਲੱਗੀ ਤੁਹਾਨੂੰ ਵੈਰਾਈਟੀ ਤੇ ਪ੍ਰਾਈਸ ਅੱਛਾ ਪੁੱਤ ਮੈਂ ਸਭ ਤੋਂ ਪਹਿਲਾਂ ਤਾਂ ਤੈਨੂੰ ਮੈਂ ਦੱਸਦੀ ਆ ਵੀ ਮੈਂ ਮੇਰਾ ਨਾਮ ਮਨਜੀਤ ਔਜਲਾ ਮੈਂ ਕੈਨੇਡਾ ਦੇ ਰਹਿਣ ਵਾਲੀ ਆ ਜੀ ਤੇ ਇੱਥੇ
34 ਸਾਲ ਹੋ ਗਏ ਕੈਨੇਡਾ ਚ ਕੱਪੜਾ ਲੀੜਾ ਪੁੱਤ ਬਹੁਤ ਦੇਖਿਆ ਬਹੁਤ ਵਰਾਇਟੀ ਦੇਖੀ ਹੈ ਬਹੁਤ ਮੈਂ ਕੱਪੜੇ ਲੀੜੇ ਦੀ ਬਹੁਤ ਸ਼ੌਕੀਨ ਹਾਂ ਹਨਾ ਨਾ ਪੁੱਤ ਇਹਦੀ ਵਰਾਇਟੀ ਦੇਖੀ ਹੈ ਨਾ ਸਨੀ ਦੀ ਪਰ ਮੈਨੂੰ ਲਾ ਕੇ ਮੈਂ ਦੱਸ ਦਿੰਦੀ ਹਾਂ ਵੀ ਇੰਨੀ ਵਰਾਇਟੀ ਤੁਹਾਨੂੰ ਕਿਤੇ ਮਿਲਣੀ ਨੀ ਹੈਗੀ ਇੰਨੀ ਵਧੀਆ ਤੇ ਇੰਨਾ ਵਧੀਆ चाहे कोई एनआरआई आ चाहे कोई पंजाब दे विच आ चाहे कोई हरियाणे दे विच आ मींस किसी भी जगह तुसी हैगे आ सारे ही अरमान वेडिंग मॉल तो खुश हैगे भाई जी हेलो फुल चनौन दा दुपट्टा रेट है ना सिर्फ 1500 रुपए की रेंज जी फुल चनौन का दुपट्टा 5 मीटर पूरा सिलक का सूट सारे सूट ते कढ़ाई है फ्रंट गड्डी सारी 5 मीटर सूट लैन चल जाओ भाजी 250 रुपए मीटर का कपड़ा डायमंड सिलक का किसी दुकानदार को कह दो डायमंड सिलक कपड़ा काट दे 5 मीटर कपड़ा 250 रुपए मीटर फिर दुपट्टा तैयार कराओ 2500 का साडा रेट हैगा 1550 रुपए का 3100 दे दो 1550 दा एक हुण एक आ देखो भाई सिलक का सूट टोटल जरकन का काम आना मोरनी स्टाइल का सूट है सरदारनी बुटीक का पीस है सरदारनी बुटीक का पीस प्योर सिलक दे विच ते दुपट्टा ओए हो क्या बात है बनाने वाले दे भी कलाकारी है वाकई भी भाजी कहर पाता दुपट्टे ते अल्टीमेट दुपट्टा बनया सारा मोरनी नाल प्योर सिलक का सूट 1750 रुपए की रेंज दे विच ते रंग भी भाई चढ़दे चढ़दा इहदे विच आ रहा है देखो चढ़दा ते चढ़दा ते मिठे दा मिठा शुगर फ्री गाहक भी कवे वाकई चारे घर एक पाऊगी मामी एक पाऊगी मासी एक पाऊगी भूआ एक पाऊगी चाची घर हने हुण लोहड़ी दे फंक्शन है हर घर दे विच सूटां दी लोड़ है चम चम करदा दुपट्टा कलर भी देखो भाजी किन्ना प्यारा कलर रब दा रंग है ते तुसी रेट कहना भाजी फिर ओही फिर सोच लो फिर दस दो कैलकुलेट कर लो रेट साडा सिर 1850 रुपए का इहदे च भाजी तुहानू हुण इक डिजाइन देना मोरनियां दे विच सैकंड डिजाइन बुल बुल दा बच्चा आलो जिदा पिछली रही सी ना एक डिजाइन साडा तहलका डिजाइन ओदा ही डिजाइन है भाजी आलो एक कंसैप्ट बहुत ही लिमिटेड दे विच आंदे भाजी जे बनान जाओ ना दुकानदार कहंदा भाजी दीदी मैं 3500 लेना किसी ने कहना मैं 4000 लेना किसी ने कहना 3800 लेना असीं लेना सिर्फ 1690 रुपए का 1690 रुपए की रेंज दे विच प्योर सिलक का सूट डायमंड सिलक का ते कलर उस तो भी एंडलैस कलर सारे इदा दे कलर है ब्राइडल कलर आ जिहदे घर ब्याह आ उन्होंने कहना मैनू मजंटा चाहिए मैनू मोर पंखिया रंग चाहिए मैनू फरोजी कलर चाहिए मैनू ग्रे कलर चाहिए सुरमा कलर आलो सारे इदा दे रंग आ जिहदा घर ब्याह आ जिस कुड़ी ने पाना उन्हें वाकई कहना सूट वाकई बहुत एंड आ नाले तारीफा करनी है नाले कहना वाकई सूट उत्थे जाना नैक्सट टाइम भी शॉपिंग उत्थों करनी मैं सिर्फ 1690 रुपए की रेंज दे विच सूट आ वाला एक आलो डिजाइन भाजी इहदे च इहदे विच डिजाइन नंबर 2 आते ना सीरीयल आते हैं वो एपीसोड्स बनते हैं इदा ही असं सूटा के एपीसोड्स बनाते हुए है सूटा के डिजाइन बनाते हुए है 1690 रुपए की रेंज के देखो भाई सैकेंड डिजाइन आलो दुपट्टा ना प्योर चनौन का दुपट्टा सिर्फ 1690 रुपए की रेंज के प्योर चनौन के दुपट्टे सिलक का सूट डायमंड सिलक का कलर भाजी आ देखो सारे नालो एक्सट्रा ऑर्डनरी कलर है मिडल क्लास आ बल्ले बल्ले थोड़ी थोड़े जहाँ रॉयल फैमिलिया है तभी बल्ले बल्ले क्योंकि तुम 15000 खर्च आना थोड़ा 5-6000 सर जाना है एक सूट पिछे ही थोड़े अद्धे पैसे बच जाते हैं सो इदा के फायदे अरमान वेडिंग मॉल कर रहा बड़ा सोचो ना विचारो ना गड्डिया स्कूटर मोटरसाइकिल रिक्शे आटो जिते भी बह के आना भावें एक्टिवा तो आ जाओ इतने आ जाओ शॉपिंग करो फायदे लो नज़ारे पूरे आ थोड़े पैसों टॉप की वरायटी डिजाइन नंबर 3 फिर तुसी कहना भाजी उही गल करती फिर रेट कहना की करता भाजी आलो जी 3 नंबर डिजाइन भाजी 1690 रुपए की रेंज आलो आलो तो तैयारी करा के दिखा देवे भाजी आलो 1690 रुपए की रेंज जी टॉप क्वालिटी का वर्क है टॉप क्वालिटी का चमचमांदे सूट है हले स्टिच नहीं होए अनस्टिच ही गल्ला करदे काका नाल अनस्टिच ही कहंदे मैनूं लै जाओ सूट ते कलर आ देखो भाजी कलर पिंक ना जमंटा नवा रंग आ भाजी चलो फरोजी नाल मोर पंखी आलो
प्योर दे कलर है, प्योर दे 1690 रुपए का स्क्रीनशॉट ले लो, मेरी आवाज़ सुन लो चंगी तरह, 1690 रुपए का सूट है सिर्फ, प्योर भाजी कुंदन दे वर्क दे वे सूट आ गया लो। असी चैलेंज की कहना, असी इन्नी गल ही कहनी, जे कोई रेडी करा जूगा इस प्राइस दे विच सूट तो जो को देना भाजी। आ देखो दुपट्टा नाल इदां ही भाजी प्योर कुंदन का काम है, तुसीं वी भाजी बहुत वीडियोज़ बनाने हैं, बहुत तरह की शॉप से जाने हैं, पर जो ताडी रूह इत्थे आ के खुश हुंदी आ ਕਿਤੇ ਨਹੀਂ ਹੁੰਦੀ ਹੋਗੀ, ਇਹ ਵੀ ਸਾਡੀ ਗਰੰਟੀ ਆ ਭਾਜੀ। ਮੇਰੀ ਰੂਹ ਤਾਂ ਖੁਸ਼ ਹੁੰਦੀ ਆ ਕਿਉਂਕਿ ਸਾਡੇ ਦਰਸ਼ਕ ਖੁਸ਼ ਹੁੰਦੇ ਆ ਨਾ, ਉਹ ਕਹਿੰਦੇ ਵੀ ਥੈਂਕ ਯੂ ਤੁਹਾਡਾ, ਉਹ ਮੇਰਾ ਧੰਨਵਾਦ ਕਰਦੇ ਆ, ਕਹਿੰਦੇ ਬਈ ਚੰਗੀ ਥਾਂ ਲੈ ਕੇ ਆ ਅਤੇ ਚੰਗੇ ਅਸੀਂ ਪੈਸੇ ਬਚਾਏ, ਚੰਗਾ ਕੱਪੜਾ ਆ ਗਿਆ, ਵੀ ਸਰਦਾਰ ਜੀ ਆਪਣੀ ਕਮਿਟਮੈਂਟ ਦੇ ਪੱਕੇ ਆ, ਜੋ ਕਹਿੰਦੇ ਉਹ ਕਰਦੇ ਆ, ਅਸੀਂ ਉਦੋਂ ਖੁਸ਼ ਹੋ ਜਾਂਦੇ ਹਾਂ। ਵਾਹ, ਇਹੀ ਭਾਜੀ ਆ, ਹੋਰ ਕੀ ਚਾਹੀਦਾ ਇਸ ਤੋਂ ਬਾਅਦ। ਹੁਣ ਆਹ ਦੇਖੋ ਟੋਟਲ ਕੁੰਦਨ ਦਾ, ਜਰਕਨ ਦਾ, ਡਾਇਮੰਡ ਦੇ ਕੰਮ ਦੇ ਵਿੱਚ ਸੂਟ ਆ, ਰੇਟ ਹੈਗਾ ਸਿਰਫ 4500, ਪਰ ਔਫਰ ਦੇ ਵਿੱਚ 4500 ਦਾ ਇੱਕ ਨਹੀਂ 4500 ਦੇ ਦੋ, 2250 ਰੁਪਏ ਦਾ ਇੱਕ ਸੂਟ ਆ। ਆ ਲਓ ਕਲਰ ਵੀ ਦੇਖ ਲਓ, ਆ ਲਓ ਟੋਪ ਟੋਪ ਦੇ ਕਲਰ ਆ, 2250 ਰੁਪਏ ਦਾ ਭਾਜੀ, 4500 ਰੁਪਏ ਦੇ ਦੋ, 2250 ਦਾ ਸੂਟ ਓਨਲੀ, ਡਿਜ਼ਾਈਨ ਨੰਬਰ 2। ਆ ਲਓ ਹੁਣ ਆਹ ਡਿਜ਼ਾਈਨ ਆ ਭਾਜੀ, ਸਪੈਸ਼ਲ ਡਿਜ਼ਾਈਨ ਆ, ਆ ਲਓ ਸਾਰੀ ਹੈਵੀ ਸਲੀਵਸ ਬਣੀ ਆਣੀ ਆ, ਆਹ ਬਾਹਾਂ 'ਤੇ ਕੰਮ ਆਉਣਾ ਮਹਾਰਾਣੀ ਸੂਟ, ਅਤੇ ਨਾਲ ਹੀ ਇਹਦਾ ਦੁਪੱਟਾ ਭਾਜੀ ਚਾਰੇ ਪਾਸੇ ਕਢਾਈ ਦੇ ਨਾਲ, ਜਿਵੇਂ ਸ਼ੋਰੂਮ 'ਚੋਂ ਨਵੀਂ ਗੱਡੀ ਨਿਕਲਦੀ ਨਾ ਚਮਕਦੀ ਚਮਕਦੀ, ਉੱਦਾਂ ਹੀ ਭਾਜੀ ਸਾਡਾ ਸੂਟ ਆ, 2250 ਰੁਪਏ ਦੇ। ਅਤੇ ਕਲਰ ਸਭ ਤੋਂ ਪਹਿਲਾਂ ਨਜ਼ਰ ਨਾ ਲੱਗੇ ਰੰਗ, ਆ ਲਓ ਜੀ ਕਾਲਾ ਸ਼ਾਹ ਕਾਲਾ ਕਲਰ, ਆ ਲਓ ਫਿਰ ਸੈਕਿੰਡ ਕਲਰ ਸਨਫਲਾਵਰ ਕਲਰ, ਥਰਡ ਕਲਰ ਨਵਾਂ ਰੰਗ ਆ ਉੱਡਿਆ ਉੱਡਿਆ ਰੰਗ ਜੀ, ਚੌਥਾ ਰੰਗ ਆ ਗੁਲਾਹਾਰੀ ਕਲਰ, 250 ਰੁਪਏ ਦਾ ਸਿਰਫ। ਸੋ ਬਾਕੀ ਰੇਟ ਵੀ ਘੱਟ ਆ ਅਤੇ ਰੰਗ ਵੀ ਖਰੇ ਖਰੇ ਆ ਅਤੇ ਸਵਾਦ ਆ ਰਿਹਾ ਨਾ ਦੇਖ ਦੇਖ ਕੇ ਭਾਜੀ। ਇੱਕ ਤੁਹਾਨੂੰ ਸੂਟ ਦਿਖਾਉਣਾ 900,000 ਸੂਟ, ਰੇਟ ਨਹੀਂ 900,000, 900,000 ਡਿਜ਼ਾਇਨ ਆ ਸਾਡੀ ਸ਼ੋਪ ਦਾ ਭਾਜੀ। ਆ ਲਓ ਆਹ ਦੇਖੋ ਫੋਟੋ ਤਿਆਰ ਕਰਾਉਣ ਚਲ ਜਾਓ, 12,000 ਤੋਂ ਜੇ ਘੱਟ ਕੋਈ ਤਿਆਰ ਕਰ ਦੂਗਾ ਸੂਟ ਗਿਫਟ ਆ, ਇਹ ਵੀ ਗਰੰਟੀ ਆ, ਸੇਮ ਸੂਟ। ਆ ਲਓ ਪਿਓਰ ਸਿਲਕ ਦੇ ਵਿੱਚ ਸੂਟ, ਸਪੈਸ਼ਲ ਬ੍ਰਾਈਡਲ ਕਲਰ, ਆਹ ਸ਼ਰਟ ਦਾ ਘੇਰਾ ਭਾਜੀ, ਆਹ ਦੇਖੋ ਨਾਲ ਸਲਵਾਰ ਸਾਰੀ ਕੱਢੀ, ਚਾਹੇ ਕਸਟਮਰ ਸਲੀਵਸ ਬਣਾ ਲਵੇ, ਚਾਹੇ ਸਲਵਾਰ ਬਣਾ ਲਵੇ, ਚਾਹੇ ਟਰਾਊਜ਼ਰ ਬਣਾ ਲਵੇ, ਅਤੇ ਨਾਲ ਹੀ ਦੇਖੋ ਦੁਪੱਟਾ ਲਓ, ਪਿਓਰ ਚਨੌਨ ਦਾ ਦੁਪੱਟਾ ਲੱਗਾ ਹੋਇਆ, ਵੱਡੇ ਵੱਡੇ ਪੰਨੇ ਦਾ ਪਿਓਰ ਚਨੌਨ ਦਾ ਦੁਪੱਟਾ, ਟੋਟਲੀ ਦੇਖ ਲਓ ਵਰਕ ਭਾਜੀ, ਕਲੋਜ਼ ਕਰਕੇ ਕੈਮਰਾ ਦਿਖਾਓ, ਮੈਂ ਕਹੂੰਗਾ ਭਾਜੀ ਕੈਮਰਾ ਮੈਨੂੰ ਤੁਹਾਡੇ, ਕਲੋਜ਼ ਕਰਕੇ ਕੈਮਰੇ ਫੋਟੋ ਦਿਖਾਓ ਲਓ। ਇਹ ਜੇ ਤੁਸੀਂ 900,000 ਸੂਟ ਗਿਆ ਤੇ 900,000 ਹਾਰ ਨੂੰ ਮਾਤ ਪਾਉਂਦਾ ਇਹ ਸੂਟ ਇਹ ਭਾਜੀ, 900,000 ਹਾਰ ਵੀ ਤਾਂ ਹੀ ਸੋਹਣਾ ਲੱਗਣਾ ਜੇ ਸੂਟ ਪਾਇਆ ਹੋਊਗਾ ਸੋਹਣਾ, ਮਾਤ ਤਾਂ ਫਿਰ ਪੈਣੀ ਪੈਣੀ ਹੈ, ਤੇ ਤੁਸੀਂ ਰੇਟ ਸੁਣ ਕੇ ਕਹਿਣਾ ਭਾਜੀ ਲੱਖਾਂ 'ਚ ਨਹੀਂ ਤੁਸੀਂ ਹਜ਼ਾਰਾਂ 'ਚ ਆ ਗਏ, ਕੀ ਗੱਲ ਹੋ ਗਈ, ਫਿਰ ਤੁਸੀਂ ਕਹਿਣਾ ਸੋਹਾਂ 'ਚ ਆ ਗਏ। ਆ ਲਓ ਤੇ ਇਹ ਨਹੀਂ ਭਾਜੀ ਇਕੱਲਾ ਫੋਟੋ ਦਾ ਇੱਕ ਰੰਗ ਤਿਆਰ ਕਰਾਈਦਾ, ਜੇ ਕਿਸੇ ਕਸਟਮਰ ਨੇ 4 ਸੂਟ ਵੀ ਰੈਡੀ ਕਰਾਉਣੇ ਨਾ, ਜੇ ਕਹੇ ਕਿ ਮੇਰੀ ਫੈਮਿਲੀ ਵਿੱਚ ਮੈਰਿਜ ਹੈ, ਮੇਰੀਆਂ 4 ਭੈਣਾਂ ਅਤੇ 4 ਭੈਣਾਂ ਨੇ ਇੱਕੋ ਜਿਹੇ ਸੂਟ ਪਾਉਣੇ, ਉਹ ਵੀ ਅਸੀਂ ਰੈਡੀ ਕਰਵਾ ਕੇ ਦੇ ਸਕਦੇ ਹਾਂ, ਇਹ ਨਹੀਂ ਕਿ ਇੱਕ ਸੂਟ ਰੈਡੀ ਹੋ ਗਿਆ ਤੇ ਇੱਕ ਰੰਗ ਹੀ ਰਹਿਣਾ, ਚਾਹੇ 4 ਕਲਰਾਂ ਰੈਡੀ ਸਾਡੇ ਕੋਲ ਇੱਕੋ ਨਾਲ ਦੇ। ਆਹ ਦੇਖੋ ਭਾਜੀ ਕਲਰ ਬਲਿਊ, ਇੱਕ ਨਵਾਂ ਕਲਰ ਹੈ ਹਰਪਲ ਕਲਰ, ਜਦੋਂ ਵੀ ਪਾਓ ਬੰਦਾ ਖੁਸ਼ ਹੋ ਜਾਂਦਾ ਪਾ ਕੇ ਸੂਟ। ਆ ਲਓ ਇੱਕ ਆ ਉੱਡਿਆ ਉੱਡਿਆ ਰੰਗ, ਇੱਕ ਆ ਲਓ ਨਵਾਂ ਰੰਗ ਹੈ ਸਨਫਲਾਵਰ ਕਲਰ, ਅਤੇ ਫਿਰ ਤੁਸੀਂ ਹੁਣ ਪੁੱਛਣਾ ਪ੍ਰਾਈਜ਼ ਕੀ ਆ, ਪ੍ਰਾਈਜ਼ ਸਿਰਫ 2450 ਰੁਪਏ ਦਾ ਸੂਟ ਓਨਲੀ। ਇੱਕ ਆਹ ਡਿਜ਼ਾਈਨ, ਇੱਕ ਆ ਲਓ ਡਿਜ਼ਾਈਨ ਭਾਜੀ ਨਵਾਂ ਡਿਜ਼ਾਈਨ ਆਇਆ, ਇਹਨੂੰ ਕਹਿੰਦੇ ਕਲੀਆਂ ਵਾਲਾ ਡਿਜ਼ਾਈਨ, ਆ ਲਓ ਕਲੀਆਂ ਵਾਲਾ ਡਿਜ਼ਾਈਨ ਨਾਲ ਸ਼ਰਟ ਦੇ ਵਰਕ, ਇੱਦਾਂ ਹੀ ਜਿੱਦਾਂ ਸਿਲਕ ਦਾ ਕੱਪੜਾ ਨਾ ਉਸ ਕਲਰ ਦੇ ਉੱਤੇ ਥਰੈਡ ਦਾ ਵਰਕ ਕੀਤਾ ਨਾ, ਅਤੇ ਦੁਪੱਟਾ ਭਾਜੀ ਆ ਲਓ, ਦੁਪੱਟਾ ਵੀ ਉਸ ਤੋਂ ਟੋਪ ਕੁਆਲਿਟੀ ਦਾ ਦੁਪੱਟਾ, ਦੁਪੱਟਾ ਤਾਂ ਭਾਜੀ ਜਿਹੜੀਆਂ ਹੈਵੀ ਹੈਵੀ ਫੁਲਕਾਰੀਆਂ ਹੁੰਦੀਆਂ ਉਹਨਾਂ ਨੂੰ ਮਾਤ ਪਾਉਂਦਾ, ਫੁਲਕਾਰੀਆਂ ਫੇਲ ਆ ਦੁਪੱਟੇ ਮੋਰੇ, ਫੁਲਕਾਰੀਆਂ ਬਹੁਤ ਹੈਵੀ ਹੁੰਦੀਆਂ, ਉਹ ਇੱਕ ਵਾਰੀ ਪਾਈ ਜਾਣੀਆਂ ਸੂਟ, ਤੁਸੀਂ ਆਹ ਵਾਲਾ ਦੁਪੱਟਾ ਚਾਹੇ ਪੰਜ ਵਾਰੀ ਪਾ ਲਓ, ਅਤੇ ਵੱਡੀ ਗੱਲ ਇਹ ਕਿ ਦੁਪੱਟਾ ਇੱਕ ਸੂਟ, ਇੱਕ ਦੁਪੱਟਾ ਲੇਡੀਜ਼ ਦੇ 3 ਸੂਟ ਬਣਾ ਦਿੰਦਾ, ਇਹ ਨਹੀਂ ਕਿ ਇੱਕ ਸੂਟ ਨਾਲ ਚੱਲਣਾ ਭਾਜੀ, ਘਰ ਦੇ ਵਿੱਚ ਲੇਡੀਜ਼ ਕੋਲ ਕਈ ਕਲਰ ਹੁੰਦੇ ਆ ਉਹਦੇ ਨਾਲ ਮੈਚਿੰਗ ਹੁੰਦੇ, ਅਤੇ ਉਸ ਤੋਂ ਬਾਅਦ ਕਲਰ ਟੋਪ ਟੋਪ ਦੇ ਕਲਰ, ਆ ਲਓ ਭਾਜੀ ਸ਼ਗਨਾਂ ਵਾਲਾ ਕਲਰ ਮਹਿੰਦੀ, ਦੂਜਾ ਕਲਰ ਹੈ ਯੈਲੋ, ਸਪੈਸ਼ਲ ਕਲਰ ਯੈਲੋ ਦੇ ਨਾਲ ਫਰੋਜ਼ੀ ਦਾ ਕੋਂਬੀਨੇਸ਼ਨ, ਫਿਰ ਕਲਰ ਹੈ ਨਵਾਂ ਜਾਗਰੀ ਕਲਰ ਆ, ਸਾਰੇ ਕਲਰ ਹੋਣੇ ਲੇਡੀਜ਼ ਕੋਲ, ਆਹ ਨਵੇਂ ਕਲਰ ਆ ਸਾਰੇ ਜਾਗਰੀ, ਇਹ ਸਪੈਸ਼ਲ ਡਿਮਾਂਡ 'ਤੇ, ਗਾਹਕ ਕਹਿੰਦਾ ਸਾਡੇ ਕੋਲ ਪੀਚ ਵੀ ਹੈਗਾ, ਪਿੰਕ ਵੀ ਹੈਗਾ, ਫਰੋਜ਼ੀ ਵੀ ਹੈਗਾ, ਉਹ ਵੀ ਰੰਗ ਹੈਗਾ ਜੋ, ਅਤੇ ਸਾਡੇ ਕੋਲ ਕਲਰ ਸਾਰੇ ਵੱਖਰੇ ਵੱਖਰੇ ਮਿਲਣੇ, ਕਿ ਗਾਹਕ ਦੀ ਚੋਇਸ 1 ਮਿੰਟ ਤੋਂ ਪਹਿਲਾਂ ਬਣਦੀ ਇੱਥੇ, ਰੇਟ 2450 ਰੁਪਏ ਦਾ ਓਨਲੀ।
प्योर सिलक डायमंड सिलक असी पहली गल कपड़ा पाड़ा नहीं यूज करते सारा पंजाब पाड़ा यूज करता बस साडा कपड़ा डायमंड सिलक आ गरंटी भी पूरी है कपड़े की भाजी हूँ इतने साढ़े स्पैशल जिदा तुम डिजाइन 1, 2, 3, 4 है ना इदे इस प्राइस रेंज के साढ़े को 5 डिजाइन तैयार किए गए आ लो नंबर 3 डिजाइन जिदा वो सलवार हैवी सी इदा ही भाजी बाहां हैवी बनी फुल हैवी वर्क के फुल हैवी स्लीवस आ प्योर चनौन के दुपट्टे के कलर भी देखो भाजी किन्ने टॉप के कलर आ लो लैमन काजू कलर नवा कलर आया भाजी रोज पिंक एक आ नवा एक आ साडा कलर भाजी जिन्हें जिन्हें घर गया खुशियां लिया रब का रंग हर कस्टमर दे कई भाजी उन्हें कम बनाते जड़े रुके हुए रब का रंग एक आ नवा कलर आया लाइलक कलर लवेंडर कलर ते ना देखो दुपट्टा भाजी बनया लो दुपट्टा भी भाजी डिजाइनर दुपट्टा बनया ना लो फुल हैवी दुपट्टा जिदा साड़ियाँ के पल्ले बने होंगे ना उदा दुपट्टा बनया हा एक आडा डिजाइन है जिमें शीशे का काम आता ना भाजी शीशा देख के असं रोज़ सवेरे तैयार होंने उदे साडे शीशे सूट के उत्ते ना शीशे लगे आने भाजी दूरों ही लिशक मारते हैं कि वाकई सूट पाया तो विह के पाया हम जी भैन शगन फड़ाना भुल गई हो सूट देख के आंटी ने शगन टू इन वन है ना एक तो हैगा सोबर का सोबर एक सिंपल का सिंपल तो एक डिजाइनर सारा कुछ है ना ऑल इन वन एक सूट ऑल इन वन भाजी तो प्राइज कला वन का आ लो दुपट्टा चैलेंज ना कहने चैलेंज ना भाजी आ लो प्राइस दे जूगा 2150 रुपए की रेंज आ लो 2150 का सूट तो कलर भी देखो भाजी आ लो सारे शगन वाले कलर शगन भाई जी थोड़ा जहा ना तुम सारी वरायटी दिखाई है जेडे साढ़े एन आर आई दर्शक है वो कहें सू थोड़े उपरले भी सूट दिखाया करो कहें भी किसी ने 5000 का भी लैना किसी ने 8000 का भी लैना किसी ने 10000 का भी लैना हैवी सूट दिखाओ थोड़ी होर भी बेटा जो पार्स जो पार्सल आए ना अपने सारे और सारे पार्सल फड़ा फड़ा सुन आ सारे भाजी फिर लो फरमैश के तुहाड़ी फरमैश है साढ़े लिए सारे गाहक इको जे बाकी भाजी आ लो हैवी दे प्योर ब्रोकड सिलक दे सूट आना सारी शर्ट ते कढ़ाई 10 लाख का सैट भी ता सोना लगना जो सूट पाया होगा सोना इदे नाल दुपट्टा टॉप का सूट टॉप मार्केट के विकता 11000-12000 रुपए का साडा प्राइस है सिर्फ 4550 रुपए का टॉप का सूट प्योर ब्रोकड के खीम खाम ब्रोकड कहते हैं भाजी 4550 रुपए की रेंज एक देखो भाजी इतने फुल हैवी के प्योर चनौन दे सूट आना प्योर चनौन का सूट 1200 रुपये मीटर का कपड़ा आता प्योर चनौन का आ लो प्राइस हूँ तुम्हें कहना भाजी प्राइस दसो फिर तुम्हें कहना किन्ने का 5000 का 8000 का किन्ने का आ लो प्राइस भाजी 3050 रुपये का सूट आ लो आ देखो प्राइस टैग लगा 3050 रुपये का 6500 का सूट मिलता मार्केट के इतने तुम्हें मिलता 3000 रुपये का सो 6500 के एक की बजाय तुम्हें दो मिलने हैं तो 500 रुपया थोड़ा फे बच जाना है ਇੱਦਾਂ ਦੇ ਤੁਹਾਡੇ ਫਾਇਦੇ ਇੱਥੇ ਜਿਹੜੇ ਕਿ ਅਰਮਾਨ ਵੈਟਿੰਗ ਮਾਲ ਤੇ ਹੋ ਰਹੇ ਹੈਗੇ ਹੈਵੀ ਸੂਟਾਂ ਦੇ ਵਿੱਚ ਵੀ ਵੱਡੇ ਡਿਸਕਾਊਂਟ ਹੈਗੇ ਆ ਆ ਦੇਖੋ ਭਾਜੀ ਇਹਦੇ ਚ ਪੈਂ ਤੁਹਾਨੂੰ ਮੇਤੋ ਚਾਹੇ ਤੁਸੀਂ ਬੈਠੇ ਰਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਕੋਲ ਸੂਟ ਨਹੀਂ ਖਤਮ ਹੋਣੇ ਤੁਸੀਂ ਕਹਿਣਾ ਭਾਜੀ ਬਸ ਕਰੋ ਸਾਡਾ ਬਿੱਲ ਬਣਾ ਦਿਓ ਦੇਖੀ ਜਾਓ ਲਈ ਜਾਓ ਬਸ ਜਿੰਨੇ ਮਰਜ਼ੀ ਡਿਜ਼ਾਈਨ ਲਈ ਜਾਓ ਵੈਰਾਈਟੀ ਦਾ ਕੋਈ ਅੰਤ ਨਹੀਂ ਹੁਣ ਜਿੱਦਾਂ ਮੈਰਿਜ ਸ਼ੁਰੂ ਹੋ ਗਈ ਹੋਈ ਭਾਜੀ ਸਿਆਲਾਂ ਦੇ ਦਿਨ ਆ ਹਰ ਘਰ 'ਚ ਵਿਆਹ ਆ ਹਰ ਘਰ ਦੇ ਵਿੱਚ ਤੇ ਲਾਲ ਸੂਟ ਹਰ ਕਿਸੇ ਨੂੰ ਚਾਹੀਦਾ ਹੀ ਚਾਹੀਦਾ ਬ੍ਰਾਈਡਲ ਸੂਟ ਕਹਿੰਦੇ ਨੇ ਬ੍ਰਾਈਡਲ ਕਲਰ ਪਿਓਰ ਦੇ ਦੁਪੱਟੇ ਨਾਲ ਲਹਿੰਗਿਆਂ ਦੀ ਕਢਾਈਆਂ ਫੇਲ ਆ ਸੂਟਾਂ ਮੋਰੇ ਭਾਜੀ ਲਹਿੰਗਾ 50000 ਦਾ 20000 ਦਾ 30000 ਦਾ ਆਣਾ ਉਹਨੇ ਨਹੀਂ ਇੰਨੀ ਚਮਕ ਕੱਢਣੀ ਜਿੰਨੇ ਸੂਟ ਨੇ ਭਾਜੀ ਰੋਹ ਪਾ ਲੈਣਾ ਇੱਕ ਆ ਲਓ ਸਪੈਸ਼ਲ ਪਿਓਰ ਕਰੇਪ ਦੇ ਵਿੱਚ ਇੱਦਾਂ ਹੀ ਸੂਟਾਂ ਨਾਲ ਦੁਪੱਟਾ ਦੇਖੋ ਭਾਜੀ ਆ ਲਓ ਇਹ ਸਿੰਗਲ ਕਲਰ ਰੈੱਡ ਦੇ ਵਿੱਚ ਹੀ ਆ ਨਾ ਭਾਜੀ ਇਹ ਸਪੈਸ਼ਲ ਸੂਟ ਆ ਬ੍ਰਾਈਡਲ ਲਈ ਭਾਈ ਜੀ ਦੁਪੱਟਾ ਬਹੁਤ ਵੱਡਾ ਇੱਚ ਦਾ ਭਾਵੇਂ ਜਿੱਦਾਂ ਦੋ ਜਣੇ ਬੁੱਕਲ ਮਾਰ ਲੈਣ ਤਾਂ ਵੀ ਦੁਪੱਟਾ ਵੱਡਾ ਰਹਿ ਜਾਣਾ ਭਾਜੀ ਪਿਓਰ ਦੀ ਖਾਸੀਅਤ ਇਹੀ ਹੁੰਦੀ ਆ ਪਿਓਰ ਕਹਿੰਦੇ ਕਿਨੂੰ ਆਪਾਂ ਇਸੇ ਨੂੰ ਕਹਿੰਦੇ ਆ ਕਿ ਹਰ ਚੀਜ਼ ਵੱਡੀ ਇਹ ਪਿਓਰ ਦੇ ਵਿੱਚ ਸੂਟ ਆ ਭਾਜੀ ਤੇ ਇਹਦਾ ਪ੍ਰਾਈਸ ਕੀ ਆ ਸਿਰਫ 3550 ਰੁਪਏ ਦਾ ਇਹਨਾਂ 'ਚ ਬਾਕੀ ਭਾਜੀ ਤੱਕੜ ਸਾਹਿਬ ਜਿੰਨੀ ਮਰਜ਼ੀ ਵਰਾਇਟੀ ਦੇਖੀ ਜਾਓ ਜਿਨ੍ਹਾਂ ਦੇ ਘਰ ਵਿਆਹ ਅਸੀਂ ਇਹ ਗੱਲ ਕਹਾਂਗੇ ਚਾਹੇ ਤੁਸੀਂ 11 ਸੂਟ ਬਣਾਉਣੇ ਨਾ ਸਾਡੀ ਸ਼ੋਪ 'ਤੇ ਵਿਜ਼ਿਟ ਕਰੋ ਤੁਹਾਨੂੰ ਵਰਾਇਟੀ ਸਾਰੇ ਨਾਲੋਂ ਡਿਫਰੈਂਟ ਮਿਲੂਗੀ ਇਹ ਸਪੈਸ਼ਲ ਸੂਟ ਆ ਬਣ ਕੇ ਭਾਜੀ 18000 ਰੁਪਏ ਦੀ ਖਰੀਦ ਹੈ ਇਹਦੀ ਸੈਂਪਲ ਦੀ ਅਤੇ ਸਾਡਾ ਰੇਟ ਪਤਾ ਕਿੰਨਾ ਸਿਰਫ 3950 ਦਾ 4000 ਰੁਪਏ ਦੇ ਵਿੱਚ ਪਿਓਰ ਬ੍ਰੋਕਰ ਦਾ ਸੂਟ ਕਿਸੇ ਕੋਲ ਲੈ ਕੇ ਦਿਖਾ ਪਿਓਰ ਬ੍ਰੋਕਰ
ਇੰਨਾ ਕੁ ਤਾਂ ਭਾਅ ਜੀ ਤੁਸੀਂ ਆਪਣੀ ਵਾਈਫ ਲਈ ਵੀ ਸ਼ੋਪਿੰਗ ਕਰਦੇ, ਤੁਹਾਨੂੰ ਵੀ ਪਤਾ ਕਿਸ ਪ੍ਰਾਈਜ਼ 'ਚ ਸੂਟ ਆਉਂਦੇ ਆ ਜੀ। ਇਹ ਤਾਂ ਮੈਂ ਦੇਖ ਰਿਹਾ, ਸੋ ਜੋ ਤੁਸੀਂ ਕਹਿੰਦੇ ਆ ਸ਼ੋਰੂਮਾਂ ਦੇ ਵਿੱਚ ਬਾਕੀ ਕੋਈ 12,000 ਕੋਈ 13,000 ਦਿੰਦਾ ਨਾ, ਸੋ 4,000 ਦੇ ਵਿੱਚ ਬਹੁਤ ਰੀਜ਼ਨੇਬਲ ਆ ਮੇਰੇ ਖਿਆਲ ਨਾਲ। ਸਾਡੇ ਦਰਸ਼ਕ ਤਾਂ ਇਹ ਕਹਿੰਦੇ ਹੁਣ ਹੁਣ ਚੱਕ ਦੀਏ ਫੱਟੇ, ਉਹੀ ਗੱਲ ਆ ਵੀ ਗੱਡੀਆਂ ਦੇ ਸਟੇਅਰਿੰਗ ਮੋੜਨ ਵਾਲੀ ਗੱਲ ਹੋ ਗਈ ਵੀ ਇੱਥੇ ਸਵੇਰੇ ਤੁਹਾਡੇ ਕੋਲ ਆ ਜਾਣਾ, ਮੇਲਾ ਲੱਗ ਜਾਣਾ ਹੈਗਾ ਅਤੇ ਤੁਸੀਂ ਆਪਣਾ ਸੂਟ ਵੇਚੋ ਅਤੇ ਤੁਸੀਂ ਆਪਣੇ ਫਾਇਦੇ ਕਰਾ ਲਓ ਹੈ ਨਾ। ਆਹ ਚੀਜ਼ਾਂ ਤੁਹਾਡੇ ਸਾਹਮਣੇ ਆ, ਤੁਸੀਂ ਸਾਰੇ ਜਾਣਦੇ ਆ, ਜਿਹੜੇ ਸਾਡੇ NRI ਹੈਗੇ ਆ ਉਹਨਾਂ ਨੂੰ ਵੀ ਪਤਾ ਹੈਗਾ। ਸੋ ਜਦੋਂ ਤੁਸੀਂ ਵੱਖ ਵੱਖ ਦੁਕਾਨਾਂ 'ਤੇ ਜਾਂਦੇ ਆ ਅਤੇ ਕਾਫੀ ਮਹਿੰਗੇ ਪ੍ਰਾਈਜ਼ ਸਾਨੂੰ ਮਿਲਦੇ ਪਰ ਇੱਥੇ ਤੁਹਾਨੂੰ ਬੜੇ ਜਾਇਜ਼ ਰੇਟਾਂ 'ਤੇ ਮਿਲ ਰਹੇ ਆ। ਬਾਕੀ ਭਾਅ ਜੀ ਦੇਖੋ ਵਰਾਇਟੀ ਸਾਡੀ ਜਿਹੜਾ ਕਹਿ ਲਓ ਕਿ ਜਿੰਨਾ ਘਰ ਵਿਆਹ ਆ ਕਿਸੇ ਦੇ ਘਰ ਵਰੀ ਦੇ 11 ਸੂਟ ਬਣਨੇ, ਫਿਰ ਦੇਣ ਲੈਣ ਲਈ ਭੂਆ ਮਾਮੀਆਂ ਚਾਚੀਆਂ ਲਈ ਸਾਰੇ ਤਰ੍ਹਾਂ ਦੀ ਪ੍ਰਾਈਜ਼ ਰੇਂਜ ਹੈਗੀ ਆਪਣੀ। ਚਾਹੇ ਤੁਸੀਂ ਰੁਮਾਲਾ ਸਾਹਿਬ ਵੀ ਲੈਣਾ ਹੋਵੇ ਉਹ ਵੀ ਸਾਡੀ ਸ਼ੋਪ ਕੋਲ ਅਵੇਲੇਬਲ ਆ, ਸਭ ਕੁਛ ਅਵੇਲੇਬਲ ਆਪਣੇ ਕੋਲ, ਕੋਈ ਇੱਦਾਂ ਦੀ ਚੀਜ਼ ਨਹੀਂ ਕਿ ਜਿਹੜੀ ਸਾਡੇ ਕੋਲ ਨਹੀਂ ਹੈਗੀ। ਅਸੀਂ ਆਪਣੇ ਕਸਟਮਰ ਨੂੰ ਇਹੀ ਗੱਲ ਕਹਾਂਗੇ ਕਿ ਜਿਨ੍ਹਾਂ ਨੇ ਵਿਆਹ ਦੀ ਸ਼ੋਪਿੰਗ ਕਰਨੀ ਆ, ਜਿਨ੍ਹਾਂ ਨੇ ਕਰਨਾ, ਸਾਡੇ ਨਾਲ ਜ਼ਰੂਰ ਕੰਟੈਕਟ ਕਰੋ, ਸਾਡੀ ਸ਼ੋਪ 'ਤੇ ਵਿਜ਼ਿਟ ਕਰੋ, ਇੱਥੋਂ ਸ਼ੋਪਿੰਗ ਕਰੋ, ਤੁਹਾਡਾ ਬੈਨੀਫਿਟ ਹੀ ਹੋਊਗਾ, ਤੁਹਾਨੂੰ ਕਿਤੇ ਲੁੱਟ ਕਸੁੱਟ ਨਹੀਂ ਹੋਊਗੀ, ਤੁਹਾਡਾ ਫਾਇਦਾ ਹੀ ਹੋਊਗਾ ਹਮੇਸ਼ਾ ਇੱਥੇ। ਹਰ ਕੋਈ ਤੁਹਾਡੇ ਕਿਉਂਕਿ ਤੁਹਾਡੇ ਬੈਨੀਫਿਟ ਨਾਲ ਹੀ ਸਾਨੂੰ ਫਾਇਦਾ ਆਇਆ। ਜੇ ਅਸੀਂ ਆਪਣਾ ਪ੍ਰੋਫਿਟ ਭਾਅ ਜੀ ਲੋਅ ਰੱਖਾਂਗੇ ਨਾ, ਜੈਨੂਅਨ ਰੱਖਾਂਗੇ, ਤਾਂ ਕਸਟਮਰ ਤੁਹਾਡੇ ਕੋਲ ਆਪਣੇ ਆਪ ਹੀ ਆਊਗਾ, ਉਹਨੂੰ ਕਿਤੇ ਜਾਣ ਦੀ ਲੋੜ ਨਹੀਂ। ਸੋ ਭਾਅ ਜੀ ਮੈਂ ਚਾਹੁੰਦਾ ਜਿਹੜੇ 2-4 ਸੂਟ ਆਏ ਵੀ ਤੁਸੀਂ ਦਿਖਾ ਦਿਓ ਅਤੇ ਫਿਰ ਆਪਾਂ ਲਈਏ ਆ ਗਿਆ ਨਾ ਤੁਹਾਡੇ ਤੋਂ। ਮੈਂ ਕਿਹਾ ਜ਼ਰੂਰ ਭਾਅ ਜੀ ਵਰਾਇਟੀ ਤਾਂ ਦੇਖੋ, ਮੇਰਾ ਸਾਡਾ ਦਿਲ ਕਰਦਾ ਕਿ ਤੁਹਾਡੇ ਅੱਗੇ ਸਾਰੀ ਦੁਕਾਨ ਖੋਲ੍ਹ ਦਈਏ, ਸਾਰੀ ਦੁਕਾਨ ਖੋਲ੍ਹ ਦਈਏ, ਪਰ ਟਾਈਮ ਦੀ ਸ਼ੋਰਟੇਜ ਕਰਕੇ ਸਾਨੂੰ ਵੀ ਤੁਹਾਨੂੰ ਮਜਬੂਰੀ ਨਾਲ ਕਹਿਣਾ ਪੈਂਦਾ। ਥੈਂਕ ਯੂ ਭਾਅ ਜੀ। ਭਾਅ ਜੀ ਇਹਦੇ ਵਿੱਚ ਕੀ ਫੀਚਰਸ ਹੈਗੇ ਆ, ਦੁਪੱਟਾ ਚੁੰਨੀ ਅਤੇ ਕੀ ਇਹਦੇ ਕਲਰ ਹੈਗੇ? ਜਿਹੜੀ ਜੀ ਗੱਡੀ ਹੁੰਦੀ ਨਾ 50 ਲੱਖ ਰੁਪਏ ਦੀ, ਉਹਦੇ ਭਾਅ ਜੀ ਇਹਦੇ ਫੀਚਰ ਨੇ ਟੋਪ ਟੋਪ ਦੇ। ਪਹਿਲਾਂ ਤਾਂ ਇਹਦਾ ਜਿਹੜਾ ਕੰਮ ਆ ਸੁੱਚੇ ਮੋਤੀ ਦਾ, ਉਸ ਤੋਂ ਬਾਅਦ ਪਰਲ ਗੋਟਾ ਪੱਤੀ ਕੁੰਦਨ ਦੀ ਕਢਾਈ ਆ, ਅਤੇ ਜਿਹੜਾ ਇਹਦਾ ਕੱਪੜਾ ਹੈ ਪਿਓਰ ਆ ਜੀ, ਇਹਦਾ ਦੁਪੱਟਾ ਔਰਗੈਂਜ਼ਾ ਦਾ ਜੀ, ਇਹਦੇ ਵਿੱਚ ਜਿਹੜੇ ਫੀਚਰ ਸਾਰਿਆਂ ਨਾਲ ਐਕਸਟਰਾ ਆਰਡੀਨਰੀ ਆ। ਇਹਦੇ ਵਿੱਚ ਕਲਰ ਕਿੰਨੇ ਆਉਂਦੇ, ਇਹਦਾ ਕੀ ਪ੍ਰਾਈਜ਼ ਆ, ਮਾਰਕੀਟ ਪ੍ਰਾਈਜ਼ ਕੀ ਆ, ਕਿੱਡਾ ਫਾਇਦਾ ਹੋ ਰਿਹਾ ਇਹ 'ਚ? ਭਾਅ ਜੀ ਮਾਰਕੀਟ ਪ੍ਰਾਈਜ਼ ਹੈਗਾ ਇਹਦਾ ਜਿੱਦਾਂ 8,509 ਰੁਪਇਆ, ਸਾਡੇ ਕੋਲ ਤੁਹਾਨੂੰ ਮਿਲਣਾ ਸਿਰਫ 4,590 ਰੁਪਏ ਦਾ ਪਿਓਰ। ਇਹਦੇ ਵਿੱਚ ਕਲਰ ਹੋਰ ਆ ਜਾਂਦੇ? ਬਹੁਤ ਭਾਅ ਜੀ ਕਲਰ, ਕਲਰ ਦੀ ਕੋਈ ਕਮੀ ਨਹੀਂ ਇਹਨਾਂ ਦੇ ਵਿੱਚ। ਸਾਡੇ ਕੋਲ ਇਹ ਨਹੀਂ ਕਿ ਇੱਕ ਪੀਸ ਆਉਣਾ, 3-3, 4-4 ਕਲਰ ਹਰ ਸੂਟ 'ਚ ਅਵੇਲੇਬਲ ਹੁੰਦੇ ਐਵਰੀ ਟਾਈਮ। ਸਾਡੇ ਕੋਲ ਇੱਕ ਕਲਰਾਂ ਦਾ ਕੋਈ ਕੰਮ ਨਹੀਂ, ਖੁੱਲ੍ਹਾ ਸਟੋਕ ਆ, ਚਾਹੇ ਕੋਈ ਇੰਗਲੈਂਡ ਬੈਠਾ ਸ਼ੋਪਕੀਪਰ, ਚਾਹੇ ਉਹ ਗਾਹਕ ਆ, ਜਿੰਨੀ ਮਰਜ਼ੀ ਸ਼ੋਪਿੰਗ ਕਰੇ, ਜਿੱਦਾਂ ਮਰਜ਼ੀ ਸ਼ੋਪਿੰਗ ਕਰੇ। ਹਲੋ ਇਹਦੇ 'ਚ ਹੁਣ ਸੈਕਿੰਡ ਡਿਜ਼ਾਈਨ ਆਉਣਾ ਆਹ ਵਾਲਾ ਭਾਅ ਜੀ, ਇਹ ਵੀ ਪਿਓਰ ਦੇ ਵਿੱਚ ਆ, ਇਹਦੇ ਉੱਤੇ ਜਿਹੜਾ ਵਰਕ ਨਾ ਸਾਰਾ ਕਾਂਥਾ ਦਾ ਵਰਕ ਕੀਤਾ, ਕੋਹੀ ਨੂਰ ਦਾ ਕੰਮ ਆ ਸਾਰਾ ਹੀ। ਬਾਈ ਜਿਹੜਾ ਤਕੜਾ ਕਸਟਮਰ ਹੁੰਦਾ, ਜਿਹੜੇ ਕਹਿੰਦੇ ਆਪਾਂ ਦਾਜ ਬਰੀਆਂ 'ਚ ਦੇਣੇ ਆ ਕਰਨੇ, ਉਹਨਾਂ ਲਈ ਤਾਂ ਵੱਡੀ ਇਹ ਆਫਰ ਹੈਗੀ ਨਾ ਕਾਫੀ, ਜਿਵੇਂ ਤੁਸੀਂ ਦੱਸਿਆ ਵੀ 1 ਮਹੀਨਾ ਵੱਡੀ ਸੇਲ ਹੈਗੀ ਆ ਅਤੇ ਵੱਡੇ ਫਾਇਦੇ ਉਠਾ ਸਕਦੇ। ਠੀਕ ਆ, ਸੇਲ ਬੋਕਸਿੰਗ ਸੇਲ ਆ, ਬੋਕਸਿੰਗ ਬੋਕਸਿੰਗ ਡੇ 1 ਹੁੰਦਾ ਫਰਾਈਡੇ, ਜਿੱਦਾਂ ਬਾਹਰਲੇ ਸ਼ਹਿਰਾਂ ਦੇ ਵਿੱਚ, ਸਾਡੇ ਇੱਥੇ ਅਰਮਾਨ ਵੈਡਿੰਗ 1 ਮਹੀਨਾ ਪੂਰੀ ਬੋਕਸਿੰਗ ਸੇਲ ਹੈ। ਸੋ ਭਾਅ ਜੀ ਵਰਾਇਟੀ ਤਾਂ ਤੁਸੀਂ ਦਿਖਾਈ ਜਾਂਦੇ ਨਾ, ਇੱਕ ਵਾਰੀ ਤੁਸੀਂ ਦੇਸੀ ਆਵਾਜ਼ ਦੇ ਵਿੱਚ ਦੱਸ ਦਿਓ ਵੀ ਜਦੋਂ ਜਲੰਧਰ ਅਰਮਾਨ ਵੈਡਿੰਗ ਆਉਣਾ ਕੀ ਐਡਰੈਸ ਆ? ਸਭ ਤੋਂ ਪਹਿਲਾਂ ਭਾਅ ਜੀ ਜਲੰਧਰ ਦਾ ਹੈਗਾ ਮਸ਼ਹੂਰ ਬਾਲਮੀਕੀ ਚੌਂਕ, ਜਿਹਨੂੰ ਜੋਤੀ ਚੌਂਕ ਪਹਿਲਾਂ ਕਹਿੰਦੇ ਸੀਗੇ, ਉਸ ਤੋਂ ਅੱਗੇ ਆਏ ਨਾ ਸਿਵਲ ਹੋਸਪਿਟਲ, ਸਿਵਲ ਹੋਸਪਿਟਲ ਤੋਂ 300 ਮੀਟਰ ਤੋਂ ਅੱਗੇ ਆ ਕੇ ਰਾਈਟ ਟਰਨ ਕਰਨਾ, ਮੇਨ ਮਾਰਕੀਟ ਆ ਬ੍ਰੈਂਡਰ ਰੋਡ ਕਹਿੰਦੇ ਇਹਨੂੰ, ਐਂਟਰ ਕਰਦੇ ਹੀ ਲੈਫਟ ਸਾਈਡ ਨੂੰ 20 ਦੁਕਾਨਾਂ ਛੱਡ ਦੇਣੀਆਂ, ਅਰਮਾਨ ਵੈਡਿੰਗ ਮਾਲ ਆ, ਸ਼ੋਪ ਦੇ ਬਾਹਰ ਬੋਰਡ ਲੱਗਾ ਹੋਇਆ, ਜੇ ਕਿਸੇ ਕਸਟਮਰ ਨੂੰ ਨਹੀਂ ਪਤਾ ਲੱਗਦਾ, ਭੈਣ ਭਰਾ ਨੂੰ ਨਹੀਂ ਪਤਾ ਲੱਗਦਾ, ਮੇਰਾ ਕੰਟੈਕਟ ਨੰਬਰ ਆ ਰਿਹਾ ਸਕਰੀਨ 'ਤੇ, ਮੈਨੂੰ ਫੋਨ ਕਰ ਦੇਣ, ਲੜਕਾ ਤੁਹਾਨੂੰ ਉੱਥੋਂ ਹੀ ਲੈਣਾ ਜੂਗਾ। ਕਿਉਂਕਿ ਲੋਕ ਪਤਾ ਕੀ ਕਹਿੰਦੇ ਆ, ਸਾਨੂੰ ਅਰਮਾਨ ਵੈਡਿੰਗ ਮਾਲ ਨਹੀਂ ਪਤਾ, ਕਈ ਕਹਿੰਦੇ ਆਹੀ ਸ਼ੋਪ ਆ, ਜਦੋਂ ਗਾਹ ਬਾਹਰ ਨਾ ਪੜਦਾ ਫਿਰ ਕਹਿੰਦਾ ਤੁਸੀਂ ਸਾਡੇ ਨਾਲ ਝੂਠ ਕਿਉਂ ਬੋਲਦੇ, ਸਾਨੂੰ ਸੱਚ ਦੱਸੋ। ਅਤੇ ਅਸੀਂ ਇਹੀ ਗੱਲ ਕਹਿੰਦੇ ਕਿ ਗਾਹਕ ਖਰਾਬ ਨਾ ਹੋ ਜਾਵੇ, ਕੋਈ ਗਾਹਕ ਨੂੰ ਪਰੇਸ਼ਾਨੀ ਨਾ ਆਵੇ, ਨੰਬਰ ਮੇਰਾ ਹੈਗਾ 24 ਆਵਰ ਐਕਟੀਵੇਟ ਆ, ਜਦੋਂ ਮਰਜ਼ੀ ਕਾਲ ਕਰੋ। ਬਾਕੀ ਅੱਜ ਅਸੀਂ ਪਹੁੰਚੇ ਸੀਗੇ ਅਰਮਾਨ ਵੈਡਿੰਗ ਮਾਲ ਦੇ ਵਿੱਚ, ਤੁਹਾਨੂੰ ਕਿਹਾ ਸੀ ਤੁਹਾਡੇ ਵੱਡੇ ਫਾਇਦੇ ਕਰਨੇ ਆ, ਤੁਹਾਨੂੰ ਕਿਹਾ ਸੀ ਵਰਾਇਟੀ ਵਧੀਆ ਦਿਖਾਉਣੀ ਆ, ਤੁਹਾਨੂੰ ਇਹ ਵੀ ਕਿਹਾ ਸੀ ਵੀ ਅੱਧੇ ਰੇਟਾਂ ਤੋਂ ਵੀ ਘੱਟ ਤੁਹਾਨੂੰ ਵਰਾਇਟੀ ਦਿਖਾਵਾਂਗੇ। ਸੋ ਬਾਈ ਜੀ ਨੇ ਅੱਜ ਕਮਾਲ ਦੀਆਂ ਤੁਹਾਨੂੰ ਆਫਰਸ ਦੇ ਦਿੱਤੀਆਂ ਹੈਗੀਆਂ, 1 ਮਹੀਨੇ ਦੀ ਮਹਾ ਬੰਪਰ ਸੇਲ ਹੈਗੀ ਆ, ਜਿਹੜੀ ਅੱਜ ਤੱਕ ਕਿਸੇ ਨੇ ਪੰਜਾਬ ਵਿੱਚ ਸੇਲ ਨਹੀਂ ਲਈ ਅਰਮਾਨ ਵੈਡਿੰਗ ਮਾਲ ਨੇ ਲਗਾ ਦਿੱਤੀ ਆ। ਤੁਸੀਂ ਇੱਥੇ ਆਓ, ਢੇਰ ਸਾਰੇ ਪੈਸੇ ਬਚਾਓ, ਥੋੜ੍ਹੇ ਪੈਸਿਆਂ ਦੇ ਵਿੱਚ ਅਟੈਚੀ ਭਰ ਭਰ ਕੇ ਆਪਣੇ ਘਰ ਨੂੰ ਕੱਪੜੇ ਲੈ ਜਾਓ। ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਨੰਬਰ ਸਕਰੀਨ 'ਤੇ ਹੈਗਾ, ਤੁਸੀਂ ਇਹਨਾਂ ਨੰਬਰਾਂ 'ਤੇ ਫੋਨ ਕਰ ਸਕਦੇ ਆ। ਕੈਮਰਾਮੈਨ ਸਰਕਾਰ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ TV, ਜਲੰਧਰ।